ਇਹ ਗੁਰੂਆਂ ਦੇ ਪਿੰਡ ਸਨ ਜੀ। ਅੱਛਾ, ਗੁਰੂ ਸਿੰਘ ਦੋ ਭਰਾ, ਠੀਕ ਹੈ, ਉਹਨਾਂ ਦਾ ਇਲਾਕਾ ਹੀ ਉਹ ਸਾਰਾ ਉਹਨਾਂ ਦਾ ਸੀ। ਪੂਰੀਆਂ ਬੇੜੀਆਂ ਆਉਂਦੀਆਂ ਨੇ, ਤਿੰਨ ਬੇੜੀਆਂ ਸਨ, ਪੂਰੀਆਂ ਹੀ ਨਹੀਂ ਆਉਂਦੀਆਂ, ਕਿਉਂ ਮੈਂ ਹਾਲਾਤ ਸਾਰਾ ਵੇਖਿਆ ਸੀ। ਬਸ ਕੋਈ ਡੁੱਬ ਗਿਆ, ਕੋਈ ਨਿਕਲਿਆ, ਕੋਈ ਡੁੱਬ ਗਿਆ, ਹਾਲਾਤ ਇਹ ਹੋਇਆ ਦੁਨੀਆ ਦਾ। ਉਹ ਮੰਜੇ ਦੀ ਬੇੜੀ ਬਣੀ ਸੀ ਅਤੇ ਉਵੇਂ ਦਾਮਣਾਂ ਨੂੰ ਹੱਥ ਪਾਏ, ਉਹ ਜਿਹੜੇ ਪੁੱਠੀ ਸਿੱਧੀ ਹੋਈ ਨਾਲ ਹੀ ਆ ਗਏ, ਨਿਕਲਿਆ ਬਾਹਰ। ਉਹ ਮੇਰੇ ਮਾਮੇ ਸਨ, ਕੋਈ ਮੇਰੇ ਪਿਓ ਦੇ ਮਾਸੀ ਦੇ ਪੁੱਤਰ ਸਨ, ਛੇ ਬੰਦੇ ਸੀ ਉਸ ਕਿਸ਼ਤੀ ਦੇ ਨਾਲ। ਉਹ ਮਰੇ ਇਹਨਾਂ ਨੂੰ ਫੜ ਕੇ ਅਤੇ ਲੈ ਆਏ, ਲੇਕਿਨ ਮਾਂ ਮੇਰੀ ਨਹੀਂ ਲੱਭੀ। ਤੁਹਾਡੀ ਮਾਂ ਡੁੱਬ ਗਈ? ਹਾਂ, ਨਹੀਂ ਲੱਭੀ। ਤੁਹਾਡੀ ਨਿੱਕੀ ਭੈਣ ਡੁੱਬ ਗਈ? ਨਿੱਕੀ ਭੈਣ ਡੁੱਬ ਗਈ। ਜਿਹੜੇ ਤੁਹਾਡੇ ਗੱਡੇ ਖੋਏ ਸੀ, ਹਾਂ, ਉਹ ਆਮ ਲੋਕਾਂ ਨੇ ਖੋਏ ਸੀ ਜਾਂ ਉਹਨਾਂ ਦੀ ਮਿਲਟਰੀ ਨੇ ਖੋਏ? ਮਿਲਟਰੀ ਨੇ ਖੋਏ ਸੀ ਜੀ, ਮਾਲ ਵੀ ਮਿਲਟਰੀ ਲੈ ਗਈ ਸੀ, ਆਮ ਲੋਕਾਂ ਨੇ ਖੋਏ। ਸਹੀ ਦੱਸਦੀ ਪਈ ਵੀ ਬਾਲ ਤਾਂ ਪੁੱਛਦੇ ਹੋਣਗੇ, ਪੁੱਛਦੇ ਸਨ। ਅਸੀਂ ਵੱਡੇ ਵੱਡੇ ਸਾਂ, ਅਸੀਂ ਇਹਨਾਂ ਦਾ ਕਿੱਧਰ ਚੱਲਿਆ, ਸਾਨੂੰ ਤਾਂ ਹੋਸ਼ ਹੈਗੀ ਸੀ ਨਾ। ਅਸੀਂ ਹਿੰਦੂਆਂ ਦੇ ਚੱਲੇ, ਸਾਨੂੰ ਮੁਸਲਮਾਨ ਪਾਕਿਸਤਾਨ 'ਚ ਚੱਲੇ ਹਾਂ। ਜੇਕਰ ਤੁਸੀਂ ਸਾਡੇ ਚੈਨਲ ਦੀ ਹਰ ਨਵੀਂ ਵੀਡੀਓ ਬਾਰੇ ਵੇਲੇ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫਿਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਟੱਲੀ ਦੇ ਬਟਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਅਸੀਂ ਜਿਵੇਂ ਹੀ ਕੋਈ ਨਵੀਂ ਵੀਡੀਓ ਯੂਟਿਊਬ ਉੱਤੇ ਪਾਵਾਂਗੇ ਤੁਹਾਨੂੰ ਉਸੇ ਵੇਲੇ ਯੂਟਿਊਬ ਵੱਲੋਂ ਸੁਣਿਆ ਮਿਲ ਜਾਏਗਾ। ਅਤੇ ਆਓ ਹੁਣ ਚੱਲਦੇ ਹਾਂ ਸਾਡੀ ਅੱਜ ਦੀ ਕਹਾਣੀ ਵੱਲ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ, ਔਰ ਅੱਜ ਅਸੀਂ ਬੈਠੇ ਹਾਂ ਜੀ ਚੱਕ ਨੰਬਰ 53 ਫਾਈਵਲ ਅੱਡਾ ਗੈਂਬਰ ਜ਼ਿਲ੍ਹਾ ਸਾਹੀਵਾਲ, ਔਰ ਇੱਥੇ ਇੱਕ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਦਾ ਨਾਂ ਹੈ ਬਾਬਾ ਲਾਲ ਮੁਹੰਮਦ। ਇਹਨਾਂ ਦੇ ਬਾਪੂ ਦਾ ਨਾਂ ਜਲਾਲਦੀਨ, ਕੌਮ ਤੂਰ ਰਾਜਪੂਤ, ਔਰ ਇਹਨਾਂ ਦਾ ਪਿਛਲਾ ਪਿੰਡ ਸੀ ਜਿਹੜਾ ਉਹ ਸੀ ਮੰਡੀਵਾਲ, ਗੁਰੂ ਰਸਾਏ ਦੇ ਕੋਲ, ਜ਼ਿਲ੍ਹਾ ਫਿਰੋਜ਼ਪੁਰ ਸੀ। ਅਤੇ ਬਾਕੀ ਦੀਆਂ ਗੱਲਾਂ ਇਹਨਾਂ ਨਾਲ ਅਸੀਂ ਕਰਦੇ ਹਾਂ ਤਾਂ ਕਿ ਸਾਨੂੰ ਚਾਨਣ ਹੋਵੇ ਕਿ ਕੀ ਬੀਤਿਆ ਇਹਨਾਂ ਦੇ ਨਾਲ, ਔਰ ਕੀ ਇਹਨਾਂ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ 1947 ਵਿੱਚ ਅਤੇ ਉਦੋਂ ਪਹਿਲੇ। ਬਾਬਾ ਜੀ, ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਹਾਂਜੀ, ਤੁਸੀਂ ਕਿੱਡੇ ਕੁ ਸਾਰੇ ਸੀ? ਕੋਈ 12-13 ਸਾਲ ਦੇ, 13 ਕੁ ਸਾਲ ਦੇ ਜੀ। 13 ਕੁ ਸਾਲ ਦੇ? ਇਸ ਵੇਲੇ ਮਾਸ਼ਾਅੱਲਾ ਤੁਸੀਂ 85 ਵਰਿਆਂ ਦੇ ਹੋ ਗਏ ਹੋ। ਹਾਂਜੀ, ਠੀਕ ਹੈ। ਤੁਹਾਡਾ ਪਿੰਡ ਸੀ ਮੰਡੀਵਾਲ? ਹਾਂਜੀ। ਮੰਡੀਵਾਲ ਜਿਹੜਾ ਪਿੰਡ ਸੀ, ਇਹਦੇ ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ? ਮੋਤੀ ਵਾਲਾ ਸੀ, ਪਾਟਾ ਸੀ, ਨਦਾਨਾ ਸੀ, ਗੁਰੂ ਰਸਾ ਸੀ। ਇਹ ਗੁਰੂਆਂ ਦੇ ਪਿੰਡ ਸਨ ਜੀ। ਅੱਛਾ, ਗੁਰੂ ਸਿੰਘ ਦੋ ਭਰਾ, ਠੀਕ ਹੈ, ਉਹਨਾਂ ਦਾ ਇਲਾਕਾ ਹੀ ਉਹ ਸਾਰਾ ਉਹਨਾਂ ਦਾ ਸੀ। ਅੱਛਾ ਜੀ, ਦੋ ਭਰਾ ਸਨ ਅਤੇ ਉਹ ਦੋਵਾਂ ਦੇ ਭਰਾਵਾਂ ਦੇ ਹੇਠ ਉਹ ਹਾਥੀ ਸਨ। ਉਹ ਸੈਰ ਕਰਨ ਜਾਂਦੇ ਸਨ ਨਾ ਬਾਹਰ ਆਪਦੀਆਂ ਜ਼ਮੀਨਾਂ 'ਤੇ, ਹਾਥੀਆਂ 'ਤੇ ਜਾਂਦੇ ਸਨ। ਅੱਛਾ ਜੀ, ਹਾਥੀਆਂ 'ਤੇ ਜਾਂਦੇ ਸਨ, ਅਸੀਂ ਆਪ ਖੁਦ ਅੱਖਾਂ ਨਾਲ ਵੇਖਿਆ। ਅੱਛਾ, ਹਾਂਜੀ, ਠੀਕ ਹੈ, ਠੀਕ ਹੈ। ਬੜੇ ਖਾਂਦੇ ਪੀਂਦੇ ਸਨ ਉਹ? ਬੜੇ ਜੀ, ਉਹਨਾਂ ਦਾ ਮਾਸ਼ਾਅੱਲਾ, ਉਹ ਜਿਹੜਾ ਗੁਰੂ ਸਾਹਿਬ ਸੀ ਨਾ, ਉਹ ਸਾਰਾ ਉਹਨਾਂ ਦਾ ਹੀ, ਉਹਨਾਂ ਦਾ ਸੀ। ਹਾਂਜੀ ਬਾਬਾ ਜੀ, ਇਹ ਦੱਸੋ ਜਿਹੜੇ ਇਹ ਤੁਹਾਡੇ ਪਿੰਡ ਸਨ ਆਲੇ ਦੁਆਲੇ ਦੇ, ਹਾਂਜੀ, ਇਹਨਾਂ ਵਿੱਚ ਮੁਸਲਮਾਨ ਜ਼ਿਆਦਾ ਵੱਸਦੇ ਸਨ ਜਾਂ ਸਿੱਖ ਹਿੰਦੂ ਵੀ? ਸਾਡਾ ਜਿਹੜਾ ਪਿੰਡ ਸੀ ਮੰਡੀਵਾਲ ਦਾ, ਇਹ ਸਾਰੇ ਮੁਸਲਮਾਨ ਸਨ। ਠੀਕ ਹੈ। ਅਤੇ ਜਿਹੜੇ ਦੂਜੇ ਪਿੰਡ ਸਨ ਨਾ, ਉਹਨਾਂ ਦੇ ਵਿੱਚ ਹਿੰਦੂ ਵੀ ਹੈਗੇ ਸੀ, ਮੁਸਲਮਾਨ ਥੋੜ੍ਹੇ ਸੀ, ਸਿੱਖ ਵੀ ਸੀ, ਸਿੱਖ ਵੀ ਹੈਗੇ ਸਨ। ਠੀਕ ਹੈ। ਜਿਹੜਾ ਮੋਤੀ ਵਾਲਾ ਨਾ, ਉਹ ਕਰਾਰਾਂ ਦਾ ਸੀ ਪਿੰਡ, ਅਤੇ ਮੁਸਲਮਾਨ ਉਹ ਇੱਕੋ ਹੀ ਘਰ ਕਰਾਰਾਂ ਦਾ ਸੀ, ਦੂਜੇ ਮੁਸਲਮਾਨ ਬੈਠੇ ਸੀ ਉਹਨਾਂ 'ਚ। ਠੀਕ ਹੈ, ਮੋਤੀ ਵਾਲੇ, ਠੀਕ ਹੈ, ਹਾਂ। ਅਤੇ ਬਾਬਾ ਜੀ, ਇਹ ਦੱਸੋ ਜਿਹੜਾ ਗੁਰੂ ਰਸਾਏ ਸੀ, ਇਹ ਤੁਹਾਡੇ ਕੋਲੋਂ ਕਿੰਨੀ ਕੁ ਦੂਰ ਸੀ? ਉਹ ਜੀ ਹੈਗਾ ਸੀ ਕੁ ਸਾਥੋਂ 4 ਕੁ ਮੀਲ ਸੀ। ਪੈਦਲ ਹੀ ਚਲੇ ਜਾਂਦੇ ਸੀ? ਪੈਦਲ ਜਾਂਦਾ, ਮੈਂ ਆਪ ਟੁਰਦਾ, ਕਈ ਵਾਰੀ ਗਿਆ, ਪੈਰੀਂ ਟੁਰ ਜਾਣਾ? ਹਾਂ, ਪੈਰੀਂ ਟੁਰ ਜਾਣਾ। ਠੀਕ ਹੈ। ਵਿੱਚੋਂ ਹੀ ਤਰੇੜ ਮਾਰ ਜਾਣੀ ਪਿੰਡੋਂ? ਹੈ ਉਹ ਜੀ, ਸਿੱਧਾ ਸਾਡੇ ਪਿੰਡ ਤੋਂ ਨਾ, ਸਿੱਧਾ ਹੀ ਇੱਕ ਨਮੂਨਾ ਜਿਹਾ, ਉਹਦਾ ਆਹ ਪੱਕੀਆਂ ਕੁਨੀ ਸੀ, ਐਵੇਂ ਨਮੂਨਾ ਜਿਹਾ ਬਣਿਆ ਸੀ, ਅਤੇ ਲੋਕ ਉੱਧਰ
ਜਾਂਦੇ ਸੀ ਆਉਂਦੇ ਸੀ ਉਹਦਾ ਸਾਈਕਲ ਮੋਟਰ ਕੋਲ ਨਹੀਂ ਸੀ ਅਤੇ ਸਾਈਕਲ ਹੈਗੇ ਸੀ ਲੋਕਾਂ ਕੋਲ ਅੱਛਾ ਹਾਂ ਸਾਈਕਲਾਂ 'ਤੇ ਕੋਈ ਜਾਂਦੇ ਕੋਈ ਤੁਰਦੇ ਜਾਂਦੇ ਸੀ ਸਾਈਕਲਾਂ ਵਾਲਾ ਬੰਦਾ ਤਾਂ ਉਦੋਂ ਬੜਾ ਅਮੀਰ ਗਿਣਿਆ ਜਾਂਦਾ ਹੁਣ ਹਾਂ ਅਮੀਰ ਜੀ ਉਹਨਾਂ ਦਾ ਬੜਾ ਅਮੀਰ ਹੁੰਦਾ ਸੀਗੇ ਅੱਛਾ ਹਾਂ ਪਿੰਡ ਵਿੱਚ ਇੱਕਾ ਦੁੱਕਾ ਹੀ ਸਾਈਕਲ ਹੋਣਗੇ ਕੋਈ ਹਾਂ ਇੱਕਾ ਦੁੱਕਾ ਹੀ ਜੀ ਇੱਕ ਮੇਰੇ ਪਿਓ ਕੋਲ ਹੈਗਾ ਸੀ ਹਰਕਲੀਸ ਉਹਦਾ ਸਾਈਕਲ ਨਿਕਲੇ ਹਰਕਲੀਸ ਹਾਂਜੀ ਵਾਹ ਜੀ ਵਾਹ ਹਾਂ ਅੱਛਾ ਉਹ ਇੰਨਾ ਵੀ ਮੈਨੂੰ ਪਤਾ ਵੀ ਹਰਕਲੀਸ ਇਹ ਸਾਈਕਲ ਮੇਰਾ ਵਾਲਦਾ ਦਾ ਹੁੰਦਾ ਸੀ ਇਹ ਹਰਕਲੀਸ ਸਾਈਕਲ ਵਾਹ ਜੋ ਸਾਰਾ ਆਇਆ ਸੀ ਪੰਜੀਆਂ ਰੁਪਈਆਂ ਦਾ ਬੋਲੇ 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 ਅੱਛਾ ਵੇਖ ਲਓ ਵੇਖ ਲਓ ਜ਼ਮਾਨਾ ਕਿਤੇ ਦੀ ਕਿਤੇ ਪਹੁੰਚ ਗਿਆ ਹਾਂਜੀ ਠੀਕ ਹੈ ਨਾ ਹਾਂਜੀ ਅੱਜ ਹਜ਼ਾਰਾਂ ਰੁਪਈਆ ਦਾ ਸਾਈਕਲ ਹੈ ਹਾਂਜੀ ਠੀਕ ਹੈ ਅਤੇ ਬਾਬਾ ਜੀ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ ਮੰਡੀਵਾਲ ਹਾਂਜੀ ਇਹਦੇ ਵਿੱਚ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਸੀ ਕਬੀਲੇ ਕਿਹੜੇ ਕਿਹੜੇ ਬੈਠੇ ਉਹ ਜੀ ਸਾਰਾ ਪਿੰਡ ਭੱਟੀਆਂ ਦਾ ਸੀ ਠੀਕ ਹੈ ਦੂਜੇ ਸਾਰੇ ਮੁਸਲਮਾਨ ਸਨ ਅਤੇ ਉਹਨਾਂ ਦੇ ਮੁਜ਼ਾਰੇ ਸਨ ਰਾਖ ਸਨ ਉਹਨਾਂ ਦੇ ਅੱਛਾ ਜਿਹੜੇ ਜ਼ਮੀਨਵਾਂ ਦੇ ਸਨ ਨਾ ਹਾਂ ਉਹਨਾਂ ਦੀ ਜ਼ਮੀਨ ਸੀ ਅਤੇ ਉਹ ਜਿਵੇਂ ਹੁਣ ਆਪਾਂ ਜਾ ਕੇ ਉੱਥੇ ਜਾਂਦੇ ਰਹੀਏ ਕੰਮ ਕਰੀਏ ਮਾਲਕ ਕੋਈ ਵੀ ਨਹੀਂ ਸੀ ਮਾਲਕ ਉਹ ਦੋ ਕਾਰੀ ਸਨ ਭੱਟੀ ਸਨ ਭੱਟੀ ਸਨ ਉਹਨਾਂ ਦਾ ਕੀ ਨਾਂ ਸੀ ਇੱਕ ਦੇ ਨਾਂ ਦੁੱਲਾ ਸੀ ਅਤੇ ਇੱਕ ਦੇ ਨਾਂ ਸੀ ਦੂਜਾ ਫੱਥਾ ਫਤਿਹ ਮੁਹੰਮਦ ਦੋ ਪੱਤੀਆਂ ਸਨ ਠੀਕ ਹੈ ਹਾਂ ਠੀਕ ਹੈ ਅਤੇ ਜਿਹੜੇ ਇਹ ਭੱਟੀਆਂ ਦੇ ਘਰ ਦੋ ਸੀ ਉਹਦੇ 'ਚ ਹਾਂਜੀ ਬਾਕੀ ਕਿਹੜੀ ਕਿਹੜੀ ਬਰਾਦਰੀਆਂ ਸੀ ਕੋਈ ਦੂਜਾ ਹੈਗਾ ਸੀ ਵਿੱਚ ਭੱਟੀ ਵੀ ਬਥੇਰੇ ਹੈਗੇ ਸੀ ਮੁਜ਼ਾਰੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਜ਼ਮੀਨ ਸੀ ਅਤੇ ਮੁੜ ਉਹਨਾਂ ਦੇ ਉਹਨਾਂ ਦੀ ਬਰਾਦਰੀ ਗੜਦੀ ਸੀ ਹਾਂ ਬਰਾਦਰੀ ਗੜਦੀ ਸੀ ਅਤੇ ਕੋਈ 5.5-7 ਘਰ ਹੈਗੇ ਸੀ ਤੂਰਾਂ ਦੇ ਤੂਰਾਂ ਦੇ ਹਾਂਜੀ ਠੀਕ ਹੈ ਪਿੰਡ ਵਿੱਚ ਕੋਈ ਗੈਰ ਮੁਸਲਿਮ ਦੀ ਆਬਾਦ ਸੀ ਨਹੀਂ ਮੁਸਲਮਾਨ ਕੋ ਹਿੰਦੂ ਕੋ ਨਹੀਂ ਸੀ ਅਤੇ ਨਾ ਹੀ ਕੋਈ ਸਾਈ ਸੀ ਦੁਕਾਨਾਂ ਜਿਹੜੀਆਂ ਸੀ ਆਮ ਤੌਰ 'ਤੇ ਕਰਾੜ ਹੁੰਦੇ ਸੀ ਉਹ ਕਰਾੜਾਂ ਦੀਆਂ ਦੋ ਦੁਕਾਨਾਂ ਸਨ ਉਹਨਾਂ ਦੇ ਨਾਂ ਤਾਂ ਤੁਹਾਨੂੰ ਯਾਦ ਨਹੀਂ ਉਹਨਾਂ ਦੇ ਨਾਂ ਦਾ ਨਹੀਂ ਮੈਨੂੰ ਪਤਾ ਬਾਲ ਜਿਹੜੇ ਨੇ ਨਿੱਕੇ ਹੁੰਦਿਆਂ ਬੜੇ ਖੁਸ਼ ਹੋ ਕੇ ਚਾਹਦੇ ਜੀ ਵਹਿੰਦੇ ਨੇ ਕੋ ਕਿਸੇ ਦੇ ਨਾਂ ਸੀ ਮੱਸੂ ਖਾਂ ਕਿਸੇ ਦੇ ਨਾਂ ਕੋਈ ਸੀ ਬਸ ਇਹ ਜਿਹੇ ਨਾਂ ਹੈਗੇ ਸੀ ਉਹਨਾਂ ਦੇ ਦੋ ਘਰ ਹੈਗੇ ਸਨ ਠੀਕ ਹੈ ਠੀਕ ਹੈ ਆਲੇ ਦੁਆਲੇ ਦੇ ਜਿਹੜੇ ਪਿੰਡ ਸਨ ਇਹਨਾਂ ਵਿੱਚ ਹਿੰਦੂਆਂ ਸਿੱਖਾਂ ਦੇ ਪਿੰਡ ਕਿਹੜੇ ਸੀ ਤੁਹਾਨੂੰ ਦੱਸਿਆ ਵੀ ਇੱਕ ਪਾਟਾ ਸੀ ਇੱਕ ਨਦਾਨਾ ਸੀ ਇੱਕ ਬੋਰਾ ਚੱਕ ਸੀ ਇਸੇ ਤਰ੍ਹਾਂ ਉਧਰੋਂ ਪਰ ਮੰਡੀ ਗੁਰੂਹਰ ਸਾਹਿਬ ਲੱਗਦੀ ਸੀ ਅਤੇ ਹੋਰ ਉਹਨਾਂ ਦੇ ਹੈਗੇ ਸੀ ਉਹ ਚੜ੍ਹ ਕੇ ਆਉਂਦੇ ਸੀ ਹਾਥੀਆਂ 'ਤੇ ਹਾਥੀਆਂ 'ਤੇ ਤਾਂ ਜੀ ਬੜੇ ਵੱਡੇ ਲੈਣ ਆਠ ਲੋਕ ਸਨ ਉਹਨਾਂ ਦੇ ਨਾਂ ਨਹੀਂ ਯਾਦ ਤੋਂ ਨਹੀਂ ਨਾਂ ਨਹੀਂ ਨਹੀਂ ਯਾਦ ਬਾਬਾ ਜੀ ਇਹ ਜਿਹੜੇ ਲੋਕ ਸੀ ਤੁਹਾਡੇ ਆਲੇ ਦੁਆਲੇ ਗੈਰ ਮੁਸਲਿਮ ਰਹਿੰਦੇ ਸੀ ਇਹਨਾਂ ਨਾਲ ਕੋਈ ਮਿਲਣ ਵਰਤਨ ਹੈ ਸੀ ਮੁਸਲਮਾਨਾਂ ਦਾ ਆ ਜੀ ਆਵਣ ਜਾਵਣ ਤਾਂ ਤੁਹਾਨੂੰ ਪਤਾ ਵੀ ਹੁਣ ਪਿੰਡਾਂ ਦੇ ਹੁਣ 53 ਹੈ ਆ ਅਸੀਂ ਇੱਥੇ ਅੱਡੇ 'ਤੇ ਬੈਠੇ ਹਾਂ ਇਹਨਾਂ ਸਾਰਿਆਂ ਲੋਕਾਂ ਦਾ ਸਾਨੂੰ ਪਤਾ ਵੀ ਆਹ ਫਲਾਣਾ ਆ ਫਲਾਣਾ ਉਹਦਾ ਮੈਨੂੰ ਤਾਂ ਹੁਣ ਨਹੀਂ ਨਾ ਪਤਾ ਸੀ ਵੀ ਇਹ ਕਿਹੜਾ ਅਤੇ ਕਿਹੜਾ ਠੀਕ ਠੀਕ ਹੈ ਅਤੇ ਪਿੰਡ ਵਿੱਚ ਸਕੂਲ ਹੈ ਸੀ ਤੁਹਾਡੇ ਸਕੂਲ ਜੀ ਹੈਗਾ ਸੀ ਕਿੰਨੀਆਂ ਜਮਾਤਾਂ ਦਾ ਉਹ 5 ਜਮਾਤਾਂ ਦਾ 5 ਜਮਾਤਾਂ ਦਾ ਤੁਸੀਂ ਸਕੂਲੇ ਗਏ ਕਿ ਕੋਈ ਨਹੀਂ ਨਹੀਂ ਜੀ ਮੈਂ ਕੋਈ ਨਹੀਂ ਕਿੰਨੇ ਕੁ ਮੁੰਡੇ ਪੜ੍ਹਦੇ ਸੀ ਉੱਥੇ ਐਵੇਂ ਬਸ ਚੰਦ ਦੀ ਮੁੰਡੇ ਹੈਗੇ ਸਨ ਥੋੜ੍ਹੇ ਥੋੜ੍ਹੇ ਹੈਗੇ ਸਨ ਕੋਈ 5ਵੀਂ ਤਾਂ ਹੀ ਹੈਗਾ ਸੀ ਉਹ ਸਕੂਲ ਅਤੇ ਕੋਈ ਉਹਦਾ 5 ਜਮਾਤਾਂ ਵੀ ਉਸ ਜ਼ਮਾਨੇ ਦੀਆਂ ਬੜੀ ਸਿਆਹ ਹੁੰਦੀਆਂ ਸਨ ਠੀਕ ਹੈ ਹੈਂ ਠੀਕ ਹੈ ਉਹ ਜਿਹੜਾ ਹੈ ਨਾ ਵੀ ਉਹ ਵੀ ਕੋਈ 30-40 ਮੁੰਡੇ ਹੁੰਦੇ ਸੀ ਉਹ ਵੀ ਉਹ ਕਈਆਂ ਪਿੰਡਾਂ ਦੇ ਆ ਤੇ ਉਸ ਪਿੰਡ ਦੇ ਨਹੀਂ ਸੀ ਹੋਰਨਾਂ ਪਿੰਡਾਂ ਦੇ ਵੀ ਉੱਥੇ ਆ ਤੇ ਪੜ੍ਹਦੇ ਸੀ ਪੜ੍ਹਦੇ ਸੀ ਹਾਂਜੀ ਠੀਕ ਹੈ ਠੀਕ ਹੈ ਅਤੇ ਬਾਬਾ ਜੀ ਤੁਹਾਡੇ ਪਿੰਡ ਦੇ ਆਲੇ ਦੁਆਲੇ ਜਾਂ ਤੁਹਾਡੇ ਪਿੰਡ ਵਿੱਚ ਕੋਈ ਮੇਲਾ ਵੀ ਲੱਗਦਾ ਸੀ ਨਹੀਂ ਜੀ ਮੇਲਾ ਉੱਥੇ ਕੋਈ ਮੇਲਾ ਕੋਈ ਨਹੀਂ ਲੱਗਦਾ ਸੀ ਕੁਦਰ ਗੁਰੂਹਰ ਸਾਹਿਬ ਲੱਗਦਾ ਸੀ ਇੱਕ ਮੇਲਾ ਤੁਸੀਂ ਉਸ ਮੇਲੇ 'ਤੇ ਕਦੇ ਗਏ ਨਹੀਂ ਮੈਂ ਨਹੀਂ ਕਿਹਾ ਕਦੇ ਉਹ ਸੁਣਦੇ ਸਾਂ ਵੀ ਮੇਲਾ ਲੱਗਦਾ ਮੇਲਾ ਲੱਗਦਾ ਹਾਂ ਠੀਕ ਹੈ ਪਿੰਡ ਦੇ ਜਿਹੜੇ ਬਾਲ ਨੇ ਜਾਂ ਵੱਡੇ ਨੇ ਇਹ ਕਿਹੜੀ ਖੇਡ ਕਿਹੜੀ ਖੇਡਦੇ ਸੀ ਉਦੋਂ ਕੋਈ ਉਹਦਾ ਜੀ ਇਹ ਖੁਦੋ ਖੁੰਡੀ ਹੁੰਦੀ ਸੀ ਅੱਛਾ ਜੀ ਉਹ ਖੁਦੋ ਖੁੰਡੀ ਉਹ ਖੁੰਡੀਆਂ ਬਣੀਆਂ ਹੁੰਦੀਆਂ ਸੀ ਉਹਨਾਂ ਨਾਲ ਖੇਡਦੇ ਸਨ ਅਤੇ ਜਾ ਕੇ ਉਹ ਢੋਲ ਹੁੰਦੇ ਸੀ ਉਹ ਡੈਂਕਿਆਂ ਐਡੇ ਐਡੇ ਡੰਡੇ ਬਣਾਏ ਆਪਣੇ ਡੈਂਕੇ ਉਧਰ ਉਧਰ ਹੀ ਖੇਡਣੇ ਜਾਂ ਘੁੰਮਰ ਖੇਡਣੀ ਬਸ ਆਹ ਕੰਮ ਸੀ ਠੀਕ ਹੈ ਜਾਂ ਕੌਡੀ ਖੇਡਣੀ ਅਤੇ ਬਾਬਾ ਜੀ ਸਾਨੂੰ ਇਹ ਦੱਸੋ ਉਸ ਜ਼ਮਾਨੇ ਜਿਹੜੀਆਂ ਸ਼ਾਦੀਆਂ ਹੁੰਦੀਆਂ ਸੀ ਉਹਨਾਂ ਬਾਰੇ ਸਾਨੂੰ ਦੱਸੋ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ ਸੀ ਉਹ ਸ਼ਾਦੀਆਂ ਹੁੰਦੀਆਂ ਸੀ ਜਨਾਬ ਉਹਦਾ ਮਾਛੀ ਹੁੰਦੇ ਸਨ
ਉਹ ਮਾਈਆਂ ਡੋਲੀਆਂ 'ਚ ਜਿਹੜੀਆਂ ਵਿਆਹ 'ਤੇ ਲਿਆਉਂਦੇ ਸੀ ਉਹ ਡੋਲੀਆਂ ਬਣੀਆਂ ਹੁੰਦੀਆਂ ਸੀ ਉਹ ਡੋਲੀਆਂ 'ਚ ਪਾ ਕੇ ਉਹ ਇੱਥੋਂ ਗਏ ਅਤੇ 53 'ਤੇ ਮਾਛੀ ਨੇ ਡੋਲੀ 'ਚ ਲਿਜਾਣਾ ਕੁੜੀ ਨੂੰ ਨਾਲ ਦੇ ਪਿੰਡ ਤੱਕ ਗਿਆ ਜਿੱਥੋਂ ਤੱਕ ਵੀ ਜਾਣਾ ਹਾਂਜੀ ਅੱਗੇ ਲਾੜੇ ਨੇ ਆਉਣਾ ਪਿੱਛੇ ਮਾਛੀਆਂ ਨੇ ਆਉਣਾ ਉਹਨਾਂ ਨੇ ਡੋਲੀ ਚੱਕੀ ਹੋਣੀ ਹਾਂ ਡੋਲੀ ਚੱਕੀ ਆਉਣੀ ਘਰੋਂ ਜਿਹੜੇ ਡੋਲੀ ਚਾਹ ਕੇ ਕੱਢਦੇ ਸੀ ਸੁਣਿਆ ਵੀ ਉਹ ਕੁੜੀ ਦੇ ਭਰਾ ਡੋਲੀ ਚਾਹੁੰਦੇ ਸੀ ਹਾਂ ਪਹਿਲੇ ਉਹ ਚਾਹੁੰਦੇ ਸੀ ਮੁੜ ਭਰਾ ਵੀ ਚੁੱਕਦੇ ਮੁੜ ਉਹ ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਬਈ ਇਹ ਮੇਰੀ ਧੀ ਚੱਲੀ ਪਿੰਡਾਂ ਉਹਦਾ ਬੰਦੇ ਲੋਕ ਆਉਂਦੇ ਸੀ ਬਈ ਇਹ ਪਿੰਡ ਦੀ ਧੀ ਚੱਲੀ ਹੈ ਹੁਣ ਤਾਂ ਰਿਵਾਜ਼ ਹੀ ਨਹੀਂ ਰਹਿ ਗਿਆ ਭਾਵੇਂ ਕੋਈ ਵੀਜੇ ਪਈ ਅਗਲਿਆਂ ਦੇ ਚਲੋ ਆਪੇ ਵਿਆਹ ਲੈਣ ਦੇ ਉਦੋਂ ਬੜੇ ਲਾਜ ਸ਼ਰਮ ਵਾਲੇ ਹਾਂਜੀ ਦੌਰ ਸਨ ਹੈ ਹਾਂਜੀ ਅੱਛਾ 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 ਇਹ ਆਖਿਆ ਜਾਂਦਾ ਸੀ ਜਿਹੜੀ ਪਿੰਡ ਦੀ ਧੀ ਹੁੰਦੀ ਸੀ ਉਹ ਸਾਰੇ ਪਿੰਡ ਦੀ ਧੀ ਹੈ ਸਾਰੇ ਪਿੰਡ ਦੀ ਧੀ ਹੈ ਜਿਹੜਾ ਪਿੰਡ ਦਾ ਜਵਾਈ ਸੀ ਉਹਨੂੰ ਸਾਰੇ ਪਿੰਡ ਦਾ ਜਵਾਈ ਸਮਝਿਆ ਜਾਂਦਾ ਹਾਂ ਜਵਾਈ ਸਮਝਦੇ ਸਨ ਸਹੀ ਗੱਲ ਹੈ ਅੱਛਾ ਅੱਛਾ ਸ਼ਾਦੀਆਂ 'ਤੇ ਖਾਣਾ ਛਾਣਾ ਕੀ ਹੁੰਦਾ ਸੀ ਉਹਦਾ ਹੁੰਦਾ ਸੀ ਜੇ ਮਾਇਆ ਕੜਾਹ ਹੁੰਦਾ ਸੀ ਆਟੇ ਦਾ ਅਤੇ ਜਾਂ ਚਾਵਲ ਹੁੰਦੇ ਸੀ ਚਾਵਲ ਗੁੜ ਦਾ ਕੜਾਹ ਕਰਦੇ ਸੀ ਗੁੜ ਦੇ ਚਾਵਲ ਧਰਦੇ ਸੀ ਆਹ ਖਾਣਾ ਹੁੰਦਾ ਸੀ ਵਾਹ ਜੀ ਵਾਹ ਵਾਹ ਜੀ ਵਾਹ ਅਤੇ ਜਾਂ ਉਹਦਾ ਮਾਲ ਬੜੇ ਹੁੰਦੇ ਸੀ ਜਿਹੜਾ ਚੰਗਾ ਬੰਦਾ ਤਗੜਾ ਹੁੰਦਾ ਸੀ ਉਹ ਕੱਟਾ ਖੋਹ ਲੈਂਦਾ ਸੀ ਉਹ ਵੜਕਾ ਖੋਹ ਲੈਂਦਾ ਸੀ ਅਤੇ ਗੋਸ਼ਤ ਦਿੰਦਾ ਸੀ ਮਸੀਤਾਂ ਕਿੰਨੀਆਂ ਸੀ ਪਿੰਡ ਵਿੱਚ ਮਸੀਤ ਇੱਕੋ ਹੀ ਇੱਕ ਹੀ ਸੀ ਸਾਰਾ ਪਿੰਡ ਉੱਥੇ ਹੀ ਪੜ੍ਹਦਾ ਸੀ ਉੱਥੇ ਹੀ ਪੜ੍ਹਦਾ ਠੀਕ ਹੈ ਬੱਚਿਆਂ ਨੂੰ ਕੁਰਾਨ ਵਗੈਰਾ ਪੜ੍ਹਾਇਆ ਜਾਂਦਾ ਸੀ ਪੜ੍ਹਾਉਂਦੇ ਸਨ ਜੀ ਮੁਸਲਮਾਨਾਂ ਦਾ ਪਿੰਡ ਸੀ ਠੀਕ ਕੁਰਾਨ ਪੜ੍ਹਾਉਂਦੇ ਸਨ ਅਤੇ ਬਾਬਾ ਜੀ ਥਾਣਾ ਕਿਹੜਾ ਲੱਗਦਾ ਸੀ ਤੁਹਾਨੂੰ ਗੁਰੂਹਰ ਸਾਹਿਬ ਕਦੇ ਪੁਲਿਸ ਆਈ ਵੇਖੀ ਆਪਣੇ ਪਿੰਡ ਵਿੱਚ ਉਹ ਪੁਲਿਸ ਬੜੀ ਆਉਂਦੀ ਸੀ ਉਹ ਫਿਰ ਬੰਦੇ ਤਗੜੇ ਸਨ ਹਾਂ ਉਹ ਕੋਈ ਵਾਕਿਆ ਹੁੰਦਾ ਸੀ ਅਤੇ ਉਹ ਪੁਲਿਸ ਆ ਕੇ ਅਤੇ ਡੇਰੇ 'ਤੇ ਬਹਿੰਦੀ ਸੀ ਬੰਦੇ ਨੂੰ ਫੜਨ ਨਹੀਂ ਜਾਂਦੀ ਸੀ ਜਿੰਨਾ ਤੀਕਰ ਚੌਕੀਦਾਰ ਨਾਲ ਨਹੀਂ ਜਾਂਦਾ ਉਹ ਬੰਦੇ ਹੀ ਬੜੇ ਤਗੜੇ ਸਨ ਜੀ ਪੁਲਿਸ ਡਰਦੀ ਸੀ ਉਹਨਾਂ ਤੋਂ ਕਿੰਨੇ ਡੇਰੇ 'ਤੇ ਬਹਿੰਦੀ ਸੀ ਉਹ ਥੰਧੇ ਮੰਡੀ ਆਲ ਦੇ 'ਤੇ ਉਹਦੇ ਨਾਂ ਸੀ ਥੰਧਾ ਜੀ ਹਾਂ ਉਹਦਾ ਨਾਂ ਹੀ ਜੀ ਇਹ ਹੈਗੇ ਸਨ ਹਾਂ ਹਾਂ ਕੋਈ ਝਟਕੇ ਬੰਦੇ ਸਨ ਹਾਂ ਉਹਦੇ ਨਾਂ ਥੰਧਾ ਸੀ ਧੰਦਾ ਹਾਂ ਇਹ ਧੰਦਾ ਕੌਣ ਸੀ ਜ਼ਾਤ ਦਾ ਪੱਟੀ ਸੀ ਇਹ ਵੀ ਪੱਟੀ ਸੀ ਹਾਂਜੀ ਅੱਛਾ ਫਤਿਹ ਮੁਹੰਮਦ ਅਤੇ ਧੰਦਾ ਹਾਂ ਇਹ ਇਹ ਦੋ ਭਾਈ ਸਨ ਕਿ ਇਹ ਦੋ ਲਾਵਾਂ ਸੀ ਧੰਦਾ ਇਹ ਜਿਹੜਾ ਇੱਕ ਤਾਂ ਸੀ ਨਾ ਧੰਦਾ ਹਾਂ ਉਹ ਇਹ ਦੋਵੇਂ ਚਾਚਾ ਤਾਇਆਂ ਦੇ ਚਾਚਿਆਂ ਤਾਇਆਂ ਸੀ ਠੀਕ ਹੈ ਲੇਕਿਨ ਸਾਰਾ ਪਿੰਡ ਪੱਟੀਆਂ ਦੀ ਮਲਕੀਅਤ ਸੀ ਹਾਂ ਦੋ ਪੱਟੀਆਂ ਸੀ ਉਹ ਪਿੰਡ ਦੇ ਵਿੱਚੋਂ ਨਾ ਅਸੀਂ ਸੜਕ ਨਿਕਲੀ ਸੀ ਇੱਕ ਘਰ ਦੀ ਇੱਧਰ ਪੱਤੀ ਸੀ ਉਹ ਮੁਜ਼ਾਰੇ ਬੈਠੇ ਸੀ ਉਹ ਨਾਲ ਕੰਮੀ ਕਾਰੀ ਬੈਠੇ ਸੀ ਇੱਕ ਦੇ ਇੱਧਰ ਬੈਠੇ ਸੀ ਅਤੇ ਡੇਰਾ ਵਿਚਕਾਰ ਸੀ ਬਹਿੰਦੇ ਇੱਕੇ ਡੇਰੇ 'ਤੇ ਸੀ ਦੋਵੇਂ ਘਰ ਅੱਛਾ ਹਾਂਜੀ ਇੰਨਾ ਸਲੂਕ ਇੰਨਾ ਸੀ ਉਹਨਾਂ ਇੰਨਾ ਸਲੂਕ ਸੀ ਹਾਂਜੀ ਇੱਕੇ ਡੇਰੇ 'ਤੇ ਬਹਿੰਦੇ ਕਿਉਂ ਮੈਂ ਹੁਣ ਆਹ ਵੱਡੇ ਵੱਡੇ ਮੁੰਡੇ ਨੇ ਇਹਨਾਂ ਨੂੰ ਸਾਰਾ ਪਤਾ ਵੀ ਇੱਥੇ ਕੀ ਵਾਕਿਆ ਹੁੰਦਾ ਅਤੇ ਕੀ ਨਹੀਂ ਬਿਲਕੁਲ ਠੀਕ ਹੈ ਹੈਂ ਬਿਲਕੁਲ ਠੀਕ ਹੈ ਔਰ ਲੋਕ ਵੀ ਚੰਗੇ ਸੁਭਾਅ ਦੇ ਸੀ ਉਹ ਹਾਂ ਬਹੁਤ ਚੰਗੇ ਬੰਦੇ ਸੀ ਠੀਕ ਹੈ ਹਾਂਜੀ ਅਤੇ ਬਾਬਾ ਜੀ ਉਹ ਪੱਟੀ ਅੱਜ ਕੱਲ੍ਹ ਕਿੱਥੇ ਬੈਠੇ ਨੇ ਉਹ ਜਿਹੜੇ ਤੁਹਾਡੇ ਉਹ ਅੱਜ ਕੱਲ੍ਹ ਪੱਟੀ ਜੀ ਆਪ ਤੋਂ ਹੁਣ ਮਰ ਗਏ ਨੇ ਅਗਲੇ ਪਿਛਲੇ ਤੋਂ ਹੁਣ ਮਗਰ ਲਵਾ ਪਹੁੰਚ ਹੈਗੀ ਹੈ ਉਹ ਜੰਬਰ ਨਹੀਂ ਨੇ ਜੰਬਰ ਜੰਬਰਾਂ ਦੇ ਨਾਲ ਆਕੀ ਫੂਲਾ ਹੈਗਾ ਹੈ ਉੱਥੇ ਬੈਠੇ ਨੇ ਜੰਬਰ ਜ਼ਿਲ੍ਹਾ ਕਸੂਰ 'ਚ ਆਉਂਦੇ ਨੇ ਹਾਂ ਕਸੂਰ 'ਚ ਨੇ ਆਕੀ ਫੂਲਾ ਉਹਨਾਂ ਦਾ ਪਿੰਡ ਹੈ ਹਾਂ ਠੀਕ ਹੈ ਇਹ ਤੁਹਾਡੇ ਪਿੰਡ ਦੇ ਜਿਹੜੇ ਲੋਕ ਨੇ ਮੰਡੀਵਾਲ ਦੇ ਹਾਂ ਇਹ ਹੁਣ ਕਿਹੜੇ ਕਿਹੜੇ ਇਲਾਕਿਆਂ 'ਚ ਹੋਰ ਬੈਠੇ ਨੇ ਉੱਥੋਂ ਉਹ ਜੀ ਦੋ ਘਰ ਨੇ ਨਾ ਹਾਂ ਜ਼ਿਮੀਂਦਾਰਾਂ ਦੇ ਹਾਂ ਉਹ ਦੋ ਘਰ ਉੱਥੇ ਹੀ ਹੈਗੇ ਨੇ ਦੂਜੇ ਜਿਹੜੇ ਸਨ ਰਾਖ ਜਾਂ ਉਹ ਜਿਹੜੇ ਉਹਨਾਂ ਦੇ ਕੰਮੀ ਕਾਰੀ ਸੀ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਠੀਕ ਇਕੱਠੇ ਨਹੀਂ ਬੈਠੇ ਨੇ ਤੁਹਾਡੇ ਨਾਲ ਉਹਨਾਂ ਦਾ ਸਲੂਕ ਅੱਛਾ ਸੀ ਪੱਟੀਆਂ ਦਾ ਬੜਾ ਜੀ ਠੀਕ ਹੈ ਲਓ ਜੀ ਬਾਬਾ ਜੀ ਹੁਣ ਇਹ ਦੱਸੋ ਸਾਨੂੰ ਤੁਸੀਂ ਕਿਵੇਂ ਕਿਵੇਂ ਸੁਣਨਾ ਸ਼ੁਰੂ ਕੀਤਾ ਵੀ ਇਹ ਇਲਾਕਾ ਛੱਡ ਕੇ ਜਾਣਾ ਹੈ ਪਾਕਿਸਤਾਨ ਬਣਦਾ ਪਿਆ ਹੈ ਇੱਥੋਂ ਹੁਣ ਅਸੀਂ ਉੱਠ ਜਾਣਾ ਉਹ ਜੀ ਹਿੰਦੂਆਂ ਨੇ ਸਾਨੂੰ ਆਪ ਹੀ ਆਖਿਆ ਹਾਂ ਵੀ ਤੁਸੀਂ ਹੁਣ ਜਿਹੜਾ ਨਾ ਉਹ ਹਿੰਦੂ ਨਾਲ ਜਿਹੜੇ ਉਹ ਜ਼ਿਮੀਂਦਾਰ ਸਨ ਨਾ ਪੱਟੀ ਉਹਨਾਂ ਕੋਲ ਆਏ ਉਹਨਾਂ ਨੂੰ ਆਖੇ ਕਿ ਮੀਆਂ ਹੁਣ ਇਹ ਤੁਸੀਂ ਉੱਧਰ ਜਾਣਾ ਸਾਡੇ ਹਿੰਦੂ ਇੱਧਰ ਆਉਂਦੇ ਪਏ ਨੇ ਅਤੇ ਅਸੀਂ ਤੁਹਾਨੂੰ ਪਾਰਟ ਪਾ ਕੇ ਆ ਉਹ ਨਾਲ ਆਏ ਉਹ ਅੱਧ ਕੁ ਪੰਧ ਆਏ ਜੀ ਪਿਛਾਂ ਹਟ ਗਏ ਜਿਲ੍ਹੇ ਅੱਧਾ ਪੰਧ ਆਏ ਮਗਰੋਂ ਕੋਈ ਮਿਲਟਰੀ ਹਿੰਦੂਆਂ ਦੀ ਆਈ ਸਾਡਾ ਜੱਸਾ ਬੜਾ ਤਗੜਾ ਸੀ ਜਿਵੇਂ ਇੱਥੋਂ 53 ਨਹੀਂ ਹੈ ਇੰਨਾ ਪੰਧ ਜੱਸਾ ਸਾਡਾ ਆਉਂਦਾ ਸੀ ਉਹ ਮਗਰੋਂ ਪੈ ਗਏ ਉਹ ਮਾਲ ਮੂਲ ਵੀ ਖੋਲ੍ਹ ਗਏ ਸਾਡਾ ਅਤੇ ਬੰਦੇ ਵੀ ਦੋ ਚਾਰ ਮਾਰ ਗਏ ਮਗਰੋਂ ਮੁੜ ਸਾਡੀ ਆਪਣੀ ਮੁਸਲਮਾਨਾਂ ਦੀ
ਮਿਲਟਰੀ ਆਈ, ਉਹਨਾਂ ਨੇ ਉਹਨਾਂ ਨੂੰ ਮੁੜ ਪੁਜਾਇਆ, ਉਹਨਾਂ ਦੇ ਮਿਲਟਰੀ ਵਾਲੇ ਦੇ ਬੰਦੇ ਵੀ ਮਾਰ ਦਿੱਤੇ। ਜੱਸਾ ਇੰਨਾ ਕੁ ਮੁਸਲਮਾਨਾਂ ਦਾ ਹੈਗਾ ਸੀ, ਇਹ ਦਰਿਆ ਤੋਂ ਟੱਪੇ ਨੂੰ ਪੱਤਣ ਸੀ, ਉਹ ਟੱਪਦੇ ਸੀ ਅੱਗ ਧੂੜੇ ਜਿਹੇ ਬਣਾ ਕੇ ਲੋਕ, ਅਤੇ ਧੂੜਿਆਂ ਦੇ ਉੱਤੇ ਜਨਾਬ ਟਪਾਉਂਦੇ ਸਨ। ਜਾਂ ਬੇੜੀਆਂ, ਪੂਰੀਆਂ ਬੇੜੀਆਂ ਆਉਂਦੀਆਂ ਨੇ, ਤਿੰਨ ਬੇੜੀਆਂ ਸਨ, ਪੂਰੀਆਂ ਹੀ ਨਹੀਂ ਆਉਂਦੀਆਂ, ਕਿਉਂ ਮੈਂ ਹਾਲਾਤ ਸਾਰਾ ਵੇਖਿਆ ਸੀ। ਬਸ ਕੋਈ ਡੁੱਬ ਗਿਆ, ਕੋਈ ਨਿਕਲਿਆ, ਕੋਈ ਡੁੱਬ ਗਿਆ, ਹਾਲਾਤ ਇਹ ਹੋਇਆ ਦੁਨੀਆਂ ਦਾ, ਬਹੁਤ ਹਾਲਾਤ ਬੁਰੇ ਹੋਏ ਸਨ। ਕਿਹੜੇ ਪਤਨ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਜੇ ਕੰਗਣਪੁਰ ਨੂੰ ਸਿੱਧਾ ਹੈ ਮਿੱਡੇ ਵਾਲਾ ਪਤਨ। ਅੱਛਾ, ਉੱਥੋਂ ਟੱਪੇ ਹਾਂ ਅਸੀਂ ਮਿੱਡੇ ਵਾਲੇ ਪਤਨ। ਹਾਂ, ਉੱਥੋਂ ਅਸੀਂ ਟੱਪੇ ਹਾਂ, ਅਤੇ ਪੂਰਾ ਪਿੰਡ ਹੈਗਾ, ਉਹਦਾ ਨਾਂ ਕੁਝ ਹੈਗਾ, ਹੁਣ ਨਾਂ ਨਹੀਂ ਮੈਨੂੰ ਆਉਂਦਾ। ਉੱਥੇ ਅਸੀਂ ਦੋ ਰਾਤੀ ਰਹੇ ਹਾਂ, ਮੀਰੇ ਪਿੰਡ ਹੈਗਾ ਸੀ, ਉੱਥੇ ਅਸੀਂ ਰਹੇ ਹਾਂ ਪੰਜ ਛੇ ਰਾਤੀ, ਸਾਰੇ ਜਿੰਨੇ ਕੁ ਸਾਡੇ ਘਰ ਸਨ ਨਾ, ਉੱਥੇ ਅਸੀਂ ਰਹੇ ਹਾਂ। ਉੱਥੋਂ ਫਿਰ ਉੱਠੇ ਹਾਂ ਅਤੇ ਕੰਗਣਪੁਰ ਆ ਗਏ ਹਾਂ। ਇਹ ਕੰਗਣਪੁਰ ਸਿੱਧਾ ਹੀ ਹੈ ਨਾ ਮੀਰਿਆਂ ਨੂੰ, ਅਤੇ ਉਹ ਪੱਤਣ ਜਿੱਥੋਂ ਅਸੀਂ ਟੱਪਦੇ ਹਾਂ ਦਰਿਆ, ਕੰਗਣਪੁਰ ਆ ਗਏ ਹਾਂ। ਕੰਗਣਪੁਰ ਅਸੀਂ ਮੁੜ 15-20 ਦਿਨ ਰਹੇ ਹਾਂ, ਉੱਥੋਂ ਮੁੜ ਉੱਠੇ ਹਾਂ ਅਸੀਂ, ਅਸੀਂ ਜੀ ਉਜਰੇ ਆ ਗਏ ਹਾਂ। ਸਾਡੇ ਕੋਲ 5-7 ਘਰ ਸਨ ਆਪਦੇ ਬਿਆਦਰੀ ਦੇ, ਅਸੀਂ ਮੁੜ ਇੱਥੇ ਉਜਰੇ ਆ ਗਏ। ਉਜਰੇ ਦਾ ਨਾਲ ਹੈਗਾ ਸ਼ਾਹਪੁਰਾ, ਉੱਥੇ ਅਸੀਂ ਆ ਗਏ। ਠੀਕ ਬਾਬਾ ਜੀ, ਜਿਸ ਵੇਲੇ ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੋਂ ਉੱਠ ਜਾਣਾ, ਉੱਧਰੋਂ ਹਿੰਦੂ ਇੱਧਰ ਆਉਂਦੇ ਪਏ ਨੇ, ਸਿੱਖ ਇੱਧਰ ਆਉਂਦੇ ਪਏ ਨੇ, ਹਾਂਜੀ, ਤੁਸੀਂ ਇਹ ਪਿੰਡ ਖਾਲੀ ਕਰ ਦਿਓ ਉਹਨਾਂ ਵਾਸਤੇ, ਹਾਂਜੀ, ਅਤੇ ਲੋਕਾਂ ਨੂੰ ਯਕੀਨ ਆ ਗਿਆ ਸੀ ਵੀ ਇਹੀ ਹੋ ਜਾਣਾ? ਹਾਂਜੀ, ਆ ਗਿਆ ਸੀ ਲੋਕਾਂ ਉਸ ਵੇਲੇ ਆਪਦਾ, ਉਹਦਾ ਗੱਡੇ ਹੁੰਦੇ ਸਨ, ਗੱਡਿਆਂ 'ਤੇ ਆਪਦਾ ਸਮਾਨ ਰੱਖ ਲਿਆ, ਜਿਹੜਾ ਥੋੜ੍ਹਾ ਘਣਾ ਹੈਗਾ ਸੀ, ਕੋਈ ਦਾਣੇ ਰੱਖ ਲਏ ਅਤੇ ਤੁਰ ਪਏ। ਉਹ ਲੋਕਾਂ, ਉਹ ਹਿੰਦੂਆਂ ਨੇ ਮੁੜੋ ਜਿਹੜਾ ਉਹ ਗੱਡੇ ਵੀ ਲੋਕਾਂ ਦੇ ਖੋਲ ਮੁਸਲਮਾਨਾਂ ਦੇ, ਫਿਰ ਮਿਲਟਰੀ ਆਪਣੀ ਮੁਸਲਮਾਨਾਂ ਦੀ ਆਈ, ਫਿਰ ਉਹ ਗੱਡੇ ਉਠਵਾ ਕੇ ਲਿਆਈ, ਫਿਰ ਅਸੀਂ ਪੱਤਣ 'ਤੇ ਆਏ ਹਾਂ। ਜਿਹੜੇ ਤੁਹਾਡੇ ਗੱਡੇ ਖੋਏ ਸੀ, ਹਾਂ, ਉਹ ਆਮ ਲੋਕਾਂ ਨੇ ਖੋਏ ਸੀ ਜਾਂ ਉਹਨਾਂ ਦੀ ਮਿਲਟਰੀ ਨੇ ਖੋਏ? ਮਿਲਟਰੀ ਨੇ ਖੋਏ ਸੀ ਜੀ, ਮਾਲ ਵੀ ਮਿਲਟਰੀ ਲੈ ਗਈ ਸੀ, ਆਮ ਲੋਕਾਂ ਨੇ ਖੋਏ। ਅੱਛਾ, ਮਿਲਟਰੀ ਆਈ ਸੀ। ਠੀਕ ਹੈ, ਠੀਕ ਹੈ, ਠੀਕ ਹੈ। ਬਾਬਾ ਜੀ ਦੱਸੋ, ਪਿੰਡੋਂ ਕਿੰਨੇ ਕੁ ਵਜੇ ਨਿਕਲੇ ਸੀ ਉਸ ਵੇਲੇ? ਕੀ ਵੇਲਾ ਸੀ ਜਿਹੜੇ ਪਿੰਡ ਛੱਡਿਆ ਸੀ ਤੁਸੀਂ? ਅਸੀਂ ਜੀ ਕੋਈ 12-1 ਦਾ ਟਾਈਮ, ਦੁਪਹਿਰਾਂ ਵੇਲੇ। ਹਾਂ, ਦੁਪਹਿਰ। ਠੀਕ ਹੈ। ਜਿਹੜੀ ਤਾਂ ਝੋਨੇ ਨਿਸਰਦੇ ਪਏ ਸੀ, ਆ ਮੁੰਜੀਆਂ ਨੇ ਨਾ ਜਿਹੜੀਆਂ, ਮੁੰਜੀਆਂ ਝੋਨੇ ਨਿਸਰਦੀਆਂ ਪਈਆਂ, ਚਾਵਲ ਦੀ ਫਸਲ ਨਿਸਰਦੀ ਪਈ, ਨਿਸਰਦੀ ਪਈ ਸੀ। ਪਾਦਰੋਂ ਦਾ ਮਹੀਨਾ ਹੋਣਾ? ਹਾਂ, ਪਾਦਰੋਂ ਸੀ, ਪਾਦਰੋਂ ਦਾ ਮਹੀਨਾ। ਹਾਂ, ਪਾਦਰੋਂ ਜੀ ਇਹ ਲੁੱਟ ਮਾਰ ਪਈ ਹੈ ਕਿ? ਅੱਛਾ, 47 ਦੀ ਲੁੱਟ ਮਾਰ ਹੈ ਨਾ, ਇਹ ਜੀ ਪਾਦਰੋਂ ਜੀ ਪਈ, ਇਹ ਹੁਣ ਨਹੀਂ ਪਤਾ ਵੀ ਕਿਹੜੀ ਤਰੀਕ ਨੂੰ ਪਈ। ਬਿਲਕੁਲ, ਹੁਣ ਬੰਦਾ ਸਾਡੇ, ਇੱਕ ਸਾਡਾ ਬੰਦਾ ਮਾਰ ਗਿਆ, ਉਹਨੇ ਸਾਰੀਆਂ ਤਰੀਕਾਂ ਲਿਖੀਆਂ ਸੀ। ਉਹ ਮੇਰਾ ਚਾਚੇ ਦਾ ਪੁੱਤਰ ਸੀ, ਉਹ ਅੱਲਾ ਨੂੰ ਪਿਆਰਾ ਹੋ ਗਿਆ। ਠੀਕ ਹੈ। ਉਹ ਪੜ੍ਹਿਆ ਲਿਖਿਆ ਸੀ ਥੋੜ੍ਹਾ ਘਣਾ, ਅਤੇ ਤਰੀਕਾਂ ਉਹਦੇ ਕੋਲ ਸਾਰੀਆਂ ਸੀ। ਇਹ ਹੁਣ ਨਹੀਂ ਪਤਾ ਵੀ ਕਿਹੜੀ ਤਰੀਕ ਨੂੰ ਅਸੀਂ ਉੱਠੇ ਹਾਂ, ਪਰ ਉੱਠੇ ਅਸੀਂ ਦੇਸੀ ਮਹੀਨੇ ਦੀ ਪਾਦਰ ਹੋ ਜਾ। ਠੀਕ ਬਾਬਾ ਜੀ, ਜਿਹੜੀ ਜੰਮਣ ਪੋਇਓ ਹੁੰਦੀ ਹੈ, ਹਾਂ, ਜਿਹਨਾਂ ਗਲੀਆਂ 'ਚ ਬੰਦਾ ਖੇਡਿਆ ਹੋਵੇ, ਹਾਂ, ਜਿਹਨਾਂ ਗਲੀਆਂ 'ਚ ਬੰਦਾ ਨਿੱਕੇ ਤੋਂ ਵੱਡਾ ਹੋਇਆ ਹੋਵੇ, ਹੋਸ਼ ਸੰਭਾਲਿਆ ਹੋਵੇ, ਹਾਂਜੀ, ਉਹਨਾਂ ਗਲੀਆਂ ਨਾਲ, ਉਹਨਾਂ ਥਾਵਾਂ ਨਾਲ ਪਿਆਰ ਤਾਂ ਬੜਾ ਹੁੰਦਾ। ਬੜਾ ਹੁੰਦਾ। ਅਤੇ ਜਿਸਲੇ ਘਰ ਛੱਡਣ ਲੱਗੇ ਸੀ ਵੀ ਆ ਪਿੰਡ ਅਸੀਂ ਛੱਡ ਕੇ ਜਾ ਰਹੇ ਹਾਂ, ਹਾਂਜੀ, ਅੱਖਾਂ 'ਚ ਹੰਝੂ ਤਾਂ ਆਏ ਹੋਣਗੇ? ਬੜੇ ਜੀ। ਆ ਹੋਕਾ ਹੁਣ ਵੀ ਮੈਂ ਪਾ ਲਿਆ, ਹੁਣ ਵੀ ਹੋਕਾ ਨਿਕਲ ਗਿਆ, 72 ਵਰੇ ਲੰਘ ਗਏ ਨੇ, ਹਾਂ, ਹੋਕਾ ਹੁਣ ਵੀ ਨਿਕਲ ਗਿਆ ਹੈ, ਜਿਹੜੀ ਸਾਡੇ ਨਾਲ ਹੋਈ ਏ, ਹਿੰਦੂਆਂ ਨੇ ਕੀਤੀ ਏ। ਸਹੀ। ਅੱਛਾ ਬਾਬਾ ਜੀ, ਜਿਸਲੇ ਪਿੰਡੋਂ ਨਿਕਲੇ, ਆਖਰੀ ਵਾਰ ਪਿੰਡ 'ਤੇ ਹੀ ਨਜ਼ਰ ਮਾਰੀ, ਦੁਨੀਆ ਰੋਂਦੀ ਸੀ ਸਾਰੀ? ਹਾਂਜੀ, ਰੋਂਦੀ ਸੀ, ਫਿਰ ਥਾਂ ਮਕਾਨ 'ਚ ਛੱਡ ਕੇ ਆ ਗਏ, ਅਤੇ ਦੁਨੀਆ 'ਤੇ ਜੀ ਰੋਵਣਾ ਹੀ। ਕਿੰਨੇ ਦਿਨ ਤੁਹਾਨੂੰ ਪੈਦਲ ਟੁਰਨਾ ਪਿਆ ਸੀ? ਪੈਦਲ ਜੀ ਅਸੀਂ 2 ਦਿਨਾਂ 'ਤੇ, ਇੱਕ ਦਿਨ 12 ਵਜੇ ਟੁਰੇ ਹਾਂ, ਅਤੇ ਦੂਜੇ ਦਿਨ ਅਸੀਂ 12 ਵਜੇ, ਆਪਣਾ ਪੰਧ ਕੋ ਨਹੀਂ ਹੈਗਾ, ਨੇੜਾ ਹੀ ਸੀ ਦਰਿਆ, ਸਾਨੂੰ ਨੇੜੇ ਹੀ ਸੀ। ਠੀਕ ਹੈ। ਰਾਹ 'ਚ ਕਿਧਰੇ ਪੜਾਓ ਵੀ ਪਾਇਆ, ਡੇਰੇ ਵੀ ਲਾਏ ਰਾਹ 'ਚ? ਨਹੀਂ, ਦਰਿਆ 'ਤੇ ਹੀ ਆ ਕੇ ਅਸੀਂ ਰਾਤ ਵੀ, ਅਸੀਂ ਇੱਕ ਰਾਤ ਸਾਨੂੰ ਤੁਰਦਿਆਂ ਹੀ ਆਈ, ਤੁਰਦਿਆਂ ਹੀ ਆਈ, ਹਾਂਜੀ, ਵੀ ਇੱਥੋਂ ਨਿਕਲ ਜਾਈਏ, ਨਿਕਲ ਜਾਈਏ, ਦਰਿਆ 'ਤੇ ਅਸੀਂ ਆ ਗਏ। ਅੱਛਾ 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 ਅੱਛਾ। ਤੁਹਾਡੇ ਨਾਲ ਤਾਂ ਫਿਰ ਬਲੋਚ ਮਿਲਟਰੀ ਆ ਗਈ ਸੀ? ਹਾਂ, ਬਲੋਚ ਮਿਲਟਰੀ ਆਈ ਸੀ, ਬਲੋਚ ਰੈਜੀਮੈਂਟ ਦੇ ਜਵਾਨ ਆ ਗਏ ਸੀ, ਹਾਂਜੀ, ਉਹਨਾਂ ਨੇ ਫਿਰ ਤੁਹਾਡੀ ਹਿਫਾਜ਼ਤ ਕੀਤੀ? ਹਾਂਜੀ, ਉਹ ਸਾਡੇ ਮਗਰ ਹੀ ਬੈਠੇ ਰਹੇ ਨੇ। ਅੱਛਾ, ਇੱਥੇ ਸਾਡਾ ਜੱਸਾ ਨਾ, ਅਤੇ ਮਗਰ ਇਹਨਾਂ ਗੁਪਾਂ 'ਚ ਬੈਠੇ ਰਹੇ ਨੇ, ਜਿਵੇਂ ਉਹ ਮਕਾਨ ਦਿਸਦਾ ਪਿਆ, ਇਦੋਂ ਵੀ ਪਿਛਾਂ ਹੀ
ਬੈਠੇ ਰਹੇ ਨੇ ਜਿੰਨਾ ਕੁ ਸਾਡਾ ਜਸਾ ਬੜੇ ਪੰਜ ਤਾਈਂ ਸੀ ਸਾਡਾ ਦਰਿਆ ਦੇ ਉੱਤੇ ਜਸਾ ਜੀ ਠੀਕ ਹੈ ਬਹੁਤ ਹੀ ਜਸਾ ਤਗੜਾ ਸੀ ਠੀਕ ਹੈ ਠੀਕ ਹੈ ਉਹ ਤੁਸੀਂ ਆ ਜਿਹੜੇ ਮਕਾਨਾਂ ਵੱਲ ਇਸ਼ਾਰਾ ਕੀਤਾ ਨਾ ਹਾਂ ਇਹ 200 ਮੀਟਰ ਦੂਰ ਨੇ ਸਾਡੇ ਕੋਲ ਹਾਂਜੀ ਹਾਂਜੀ ਜਿਹਨੂੰ ਅਸੀਂ ਕਹਿ ਲਓ ਕਿ ਤਕਰੀਬਨ 2 ਕਿੱਲੇ ਡੇਢ 2 ਕਿੱਲੇ ਦੂਰ ਹਾਂਜੀ ਹਾਂਜੀ ਉਹ ਤੁਹਾਡੇ ਗਿਰਦ ਗਿਰਦ ਰਹੇ ਹੈ ਹਾਂਜੀ ਆਲ ਦੁਆਲੇ ਹਾਂਜੀ ਅਤੇ ਉਹਦੀ ਵਜ੍ਹਾ ਤੋਂ ਤੁਹਾਨੂੰ ਇਹ ਤਸੱਲੀ ਸੀ ਵੀ ਹੁਣ ਹਮਲਾ ਨਹੀਂ ਹੁੰਦਾ ਠੀਕ ਹੈ ਰਾਹ ਦੇ ਵਿੱਚ ਖਾਣਾ ਪੀਣਾ ਜਿਹੜਾ ਹੈ ਸੀ ਉਹਦਾ ਸਮਾਨ ਹੈ ਸੀ ਤੁਹਾਡੇ ਕੋਲ ਬਸ ਜੀ ਉਹ ਥੋੜ੍ਹਾ ਥੋੜ੍ਹਾ ਆਟਾ ਹੈਗਾ ਸੀ ਜਿਹੜਾ ਪੀਸਿਆ ਸੀ ਹਾਂ ਜਾਂ ਕੋਈ ਕਣਕ ਦੀ ਇੱਕ ਅੱਧੀ ਬੋਰੀ ਬਾਰੀ ਰੱਖੀ ਹੋਈ ਸੀ ਉਹ ਗੱਡਿਆਂ ਗੁੱਡਿਆਂ 'ਤੇ ਕੋਈ 2 ਗੱਡੇ ਹੈਗੇ ਸੀ ਸਾਡੇ ਜੈਸੇ 'ਚ 5-4 ਗੱਡੇ ਉਹਨਾਂ ਦੇ ਉੱਤੇ ਰੱਖਿਆ ਸੀ ਅਤੇ ਉਹ ਖਾਣਾ ਵੀ ਸਾਡਾ ਨਾਲ ਜਾ ਕਿਉਂ ਫਾਜਰੋਂ ਦੇ ਵਿੱਚ ਮੀਂਹ ਇੰਨੇ ਪਏ ਸਨ ਉਹ ਜਿਹੜੀ ਕਣਕ ਸੀ ਨਾ ਉਹ ਮੁੜ ਮਕਾਨ ਤਾਂ ਹੈ ਕੋਈ ਨਹੀਂ ਸਨ ਉਵੇਂ ਹੀ ਤਾਂ ਬੈਠੇ ਸਨ ਨੰਗੇ ਤੜ 'ਤੇ ਉਹ ਦਾਣੇ ਵੀ ਭਿੱਜ ਪੁੱਜ ਗਏ ਆਟੇ ਵੀ ਭਿੱਜ ਗਏ ਉਹ ਬਸ ਖੁੰਘਣੀਆਂ ਰਿੰਨ ਲਈਆਂ ਖਾ ਲਈਆਂ ਜਾਂ ਕੋਈ ਆਟਾ ਕਿਸੇ ਦਾ ਮੱਟੀ ਮੁੱਟੀ ਲਿਆਂਦੀ ਉਹਦੇ 'ਚ ਬਚਿਆ ਰੋਟੀ ਪਕਾ ਲਈ ਆਹ ਹਾਲਾਤ ਹੋਏ ਨੇ ਅੱਛਾ ਹਾਂਜੀ ਠੀਕ ਬਾਬਾ ਜੀ ਵੱਡੇ ਤਾਂ ਚਲੋ ਸਬਰ ਕਰ ਜਾਂਦੇ ਨੇ ਜਿਹੜੇ ਨਿੱਕੇ ਨਿਆਣੇ ਸੀ ਛੋਟੇ ਬਾਲ ਸੀ ਨਾ ਸਮਝ ਜਿਹਨੂੰ ਆਉਣੇ ਆ ਅਨਭੋਲ ਉਮਰ ਦੇ ਉਹ ਕਿਵੇਂ ਗੁਜ਼ਾਰਾ ਕਰਦੇ ਸੀ ਉਹਨਾਂ ਨੇ ਜੀ ਮੁੜ ਥੋੜ੍ਹਾ ਕਹਿਣਾ ਮਾਵਾਂ ਜਿਹੜੀਆਂ ਨੇ ਕੋਈ ਦਲੀਆ ਪਕਾ ਦਿੱਤਾ ਜਾਂ ਕੋਈ ਉਹ ਖੁੰਘਣੀਆਂ ਖੰਘਣੀਆਂ ਰਿੰਨ ਦਿੱਤੀਆਂ ਅਤੇ ਖਵਾ ਦਿੱਤੀਆਂ ਹੋਰ ਕਿਵੇਂ ਗੁਜ਼ਾਰਾ ਉਹ ਪੁੱਛਦੇ ਤਾਂ ਹੋਣਗੇ ਕਿੱਧਰ ਚੱਲੇ ਹਾਂ ਆਪਾਂ ਜੀ ਉਹ ਮੇਰੀ ਸੁਣਨ ਗੱਲ ਇਹ ਤੁਹਾਨੂੰ ਸਹੀ ਦੱਸਦੀ ਪਈ ਵੀ ਬਾਲ ਤਾਂ ਪੁੱਛਦੇ ਹੋਣਗੇ ਪੁੱਛਦੇ ਸਨ ਅਸੀਂ ਵੱਡੇ ਵੱਡੇ ਸਾਂ ਅਸੀਂ ਇਹਨਾਂ ਦਾ ਕਿੱਧਰ ਚੱਲੇ ਹਾਂ ਸਾਨੂੰ ਤਾਂ ਹੋਸ਼ ਹੈਗੀ ਸੀ ਨਾ ਅਸੀਂ ਹਿੰਦੂਆਂ ਦੇ ਚੱਲੇ ਸਾਨੂੰ ਮੁਸਲਮਾਨ ਪਾਕਿਸਤਾਨ 'ਚ ਚੱਲੇ ਹਾਂ ਹਾਂ ਤੁਹਾਨੂੰ ਵੱਡੇ ਆਉਂਦੇ ਸੀ ਵੀ ਆਪਾਂ ਇੱਥੇ ਰਹੇ ਤਾਂ ਮਾਰੇ ਜਾਵਾਂਗੇ ਹਾਂਜੀ ਠੀਕ ਹੈ ਠੀਕ ਠੀਕ ਅਤੇ ਬਾਬਾ ਜੀ ਜਦੋਂ ਫਿਰ ਇੱਥੇ ਅੱਪੜੇ ਇੱਥੇ ਕਿਹੜਾ ਪਿੰਡ ਮਿਲਿਆ ਤੁਹਾਨੂੰ ਅਸੀਂ ਜੇ ਤੁਹਾਨੂੰ ਦੱਸਿਆ ਜਦੋਂ ਅਸੀਂ ਕੰਗਣਪੁਰੋਂ ਉੱਠੇ ਹਾਂ ਨਾ ਕੰਗਣਪੁਰ ਪਹਿਲੇ ਮੀਰਿਆਂ 'ਚ ਰਹੇ 2 ਰਾਤਾਂ ਫਿਰ ਅਸੀਂ ਕੰਗਣਪੁਰ ਬੈਠੇ ਹਾਂ 8 ਦਿਨ ਉੱਥੇ ਹਿੰਦੂਆਂ ਦਾ ਗੱਲਾ ਇੱਕ ਹੈਗਾ ਸੀ ਉਹ ਮੁਸਲਮਾਨਾਂ ਨੇ ਬਣਾਇਆ ਸੀ ਥਾਣੇਦਾਰ ਇੱਕ ਹੈਗਾ ਸੀ ਆਪਣੇ ਗੁਰੂਰ ਸਾਹ ਦਾ ਗੁਰੂਰ ਸਾਹ ਦੇ ਥਾਣੇ ਦਾ ਇੱਕ ਥਾਣੇਦਾਰ ਇੱਥੇ ਆ ਮੁਸਲਮਾਨ ਸੀ ਠੀਕ ਹੈ ਉਹ ਮੇਰਾ ਵਾਲਦ ਨੇ ਜਿਹੜਾ ਉਹ ਮੁੜ ਗਿਆ ਵੀ ਉੱਥੇ ਸੁਣਿਆ ਬਈ ਉੱਥੇ ਦਾਣੇ ਹੈਗੇ ਨੇ ਜਾਂ ਆਟਾ ਹੈਗਾ ਹੈ ਉਹ ਮੇਰਾ ਵਾਲਦ ਗਿਆ ਅਤੇ ਨਾਲ ਮੇਰੇ ਮਾਮੇ ਗਏ 5-4 ਹੈਗੇ ਸਨ ਠੀਕ ਹੈ ਉੱਥੇ ਗਏ ਅਤੇ ਉਹ ਮੇਰੇ ਵਾਲਦ ਨੇ ਥਾਣੇਦਾਰ ਆਉਂਦਾ ਰਹਿੰਦਾ ਸੀ ਨਾ ਭੱਠੀਆਂ ਕੋਲੇ ਉਹਨੇ ਸਿਆਣ ਲਿਆ ਆਬੂ ਮੇਰੇ ਨੇ ਬਈ ਚੌਰੀ ਸਾਹਿਬ ਤੂੰ ਕਿੱਥੇ ਆਖੇ ਮੈਂ ਤਾਂ ਇੱਥੇ ਗੱਲੇ 'ਤੇ ਲੱਗਾਂ ਠੀਕ ਉਹਨੇ ਆਖਿਆ ਤੇਰੇ ਕਿੰਨੀ ਕੁ ਫੈਮਿਲੀ ਕਿੰਨੀ ਕੁ ਉਹਨੇ ਆਖਿਆ ਜੀ ਸਾਡੇ 10-12 ਘਰ ਹੈਗੇ ਨੇ ਅੱਛਾ ਉਹਨੇ ਮੁੜ ਜੀ ਸਾਨੂੰ ਕਣਕ ਚੁਆ ਦਿੱਤੀ 5-6 ਬੋਰੀਆਂ ਠੀਕ ਹੈ ਉਹ ਅਸੀਂ ਚੁੱਕ ਤੇ ਲੈ ਗਏ ਉਹ ਪਿਓ ਮੇਰੇ ਨੇ ਨਾ ਉਹ ਜਿੰਨੇ ਘਰ ਨੇ ਸਾਰਿਆਂ ਨੂੰ ਉਹਨੇ ਵੰਡ 'ਤੇ ਦਿੱਤੀ ਅੱਛਾ ਜੀ ਵੀ ਆ ਖਾਓ ਜਿੰਨੇ ਚੱਕਰ ਹੈਗੇ ਆ ਠੀਕ ਹੈ ਉਹ 8 ਦਿਨ ਅਸੀਂ ਉੱਥੇ ਬੈਠੇ ਰਹੇ ਉੱਥੋਂ ਅਸੀਂ ਉੱਠੇ ਕੰਗਣਪੁਰੋਂ ਅਤੇ ਅਗਾਂਹ ਕੰਗਣਪੁਰ ਤੋਂ ਅਗਾਂਹ ਹੈਗਾ ਖਜੂਰ ਵਾਲਾ ਖਜੂਰ ਵਾਲਾ ਪਿੰਡ ਖਜੂਰ ਵਾਲਾ ਪਿੰਡ ਜ਼ਿਲ੍ਹਾ ਕਸੂਰ 'ਚ ਆਉਂਦਾ ਜੀ ਹਾਂ ਕਸੂਰ 'ਚ ਆਉਂਦਾ ਉਹ ਵੀ ਠੀਕ ਹੈ ਉੱਥੇ ਅਸੀਂ ਬਹਿ ਗਏ ਜਾ ਕੇ ਉੱਥੇ 5-4 ਦਿਨ ਰਹੇ ਠੀਕ ਹੈ ਉੱਥੋਂ ਜੀ ਉੱਠੇ ਤਾਂ ਫਿਰ ਅਸੀਂ ਇੱਥੇ ਆ ਗਏ ਆਪਣੇ ਕੀ ਕਹਿੰਦੇ ਸ਼ਾਹਪੁਰੇ ਠੀਕ ਹੈ ਸ਼ਾਹਪੁਰਾ ਹੈਗਾ ਉਜੜੇ ਦੇ ਨਾਲ ਹੀ ਪਹਿਲੇ ਪਾਸੇ ਠੀਕ ਹੈ ਉਜੜਾ ਸ਼ਰੀਫ ਵੇਖਿਆ ਤੁਸੀਂ ਕਿ ਨਹੀਂ ਉਜੜਾ ਸ਼ਾਹ ਮੁਕੀਮ ਆਉਂਦਾ ਅੱਜ ਕੱਲ੍ਹ ਜ਼ਿਲ੍ਹਾ ਉਕਾੜਾ ਵਿੱਚ ਹਾਂ ਜੋ ਉਕਾੜੇ 'ਚ ਆਉਂਦਾ ਉਹ ਉਜੜੇ ਤੋਂ ਪਰ ਨਾਲ ਹੀ ਪਿੰਡ ਸੀ ਸ਼ਾਹਪੁਰਾ ਅਸੀਂ ਫਿਰ ਜੀ ਉੱਥੇ ਆ ਗਏ ਠੀਕ ਹੈ ਉੱਥੇ ਮੁੜ ਅਸੀਂ ਵਾਹਵਾ ਚਿਰ ਰਹੇ ਹਾਂ ਅਤੇ 1971 ਦੇ ਵਿੱਚ ਮੈਂ ਇਹ ਗੈਂਬਰ ਦੇ ਵਿੱਚ ਆਇਆ ਉੱਥੇ ਸਾਡੇ ਘਰ ਵਾਹਵਾ ਜੇ ਬੈਠੇ ਨੇ ਅੱਛਾ ਐਵੇਂ ਸਾਡੀ ਲੜਾਈ ਲੜੂਈ ਹੋ ਗਈ ਅਤੇ ਮੈਂ ਮੁੜ ਉੱਥੋਂ ਇੱਥੇ ਆ ਗਿਆ ਇੱਥੇ ਆ ਗਿਆ ਅਤੇ 1971 ਦਾ ਮੈਂ ਇੱਥੇ ਆਇਆ 1971 ਦੇ ਇੱਥੇ ਹੋ ਤੁਸੀਂ ਹਾਂ ਤਕਰੀਬਨ ਇਸ ਗੱਲ ਨੂੰ 29 ਅਤੇ 19 48 ਸਾਲ ਹੋ ਗਏ 48 ਸਾਲ ਜੀ ਹੋ ਗਏ ਠੀਕ ਹੈ ਚੰਗਾ ਮੈਂ ਉਹਦਾ ਗੱਭਰੂ ਤਾਂ ਜਗ੍ਹਾ ਇੱਥੇ ਆਇਆ ਅੱਛਾ ਬਾਬਾ ਜੀ ਇਹ ਦੱਸੋ ਕਦੇ ਆਪਣਾ ਪਿਛਲਾ ਪਿੰਡ ਮੰਡੀਵਾਲ ਯਾਦ ਆਇਆ ਉਹ ਜੀ ਮੈਨੂੰ ਅਜੇ ਵੀ ਚੇਤਾ ਹੈ ਜੀ ਇੱਥੋਂ ਮੈਂ ਸਿੱਧਾ ਟੁਰ ਪਵਾਂ ਨਾ ਅਤੇ ਮੈਂ ਕੋਈ ਆ ਕੇ ਘਰ ਜਾਂਦਾ ਰਹਾਂ ਹਿੰਦੁਸਤਾਨ ਵਾਲਾ ਘਰ ਹੈ ਨਾ ਜਿਹੜਾ ਇੰਨੀ ਕੁ ਮੈਨੂੰ ਸੂਹ ਹੈਗੀ ਵੀ ਮੈਂ ਉੱਥੇ ਜਾਂਦਾ ਰਹਾਂ ਸਿਆਣ ਲੋਕ ਹਾਂ
ਅੱਲਾ ਦੇ ਹੁਕਮ ਨਾਲ। ਅੱਛਾ ਅੱਛਾ, ਇੰਨੀ ਕੁ ਸੂਹ ਹੈਗੀ ਅਤੇ ਫਿਰ ਉਹਨੂੰ ਦੱਸਿਆ ਵੀ ਕੰਗਣਪੁਰ ਗਏ, ਕੰਗਣਪੁਰ ਮੀਰਿਆਂ 'ਚ ਗਏ ਜਿੱਥੇ ਅਸੀਂ ਦਰਿਆ ਟੱਪੇ ਹਾਂ, ਉੱਥੇ ਪੰਜ ਚਾਰ ਦਿਨ ਰਹੇ ਅਤੇ ਉੱਥੋਂ ਸਿੱਧਾ ਦਰਿਆ ਟੱਪ ਕੇ ਅਤੇ ਪਰ 8 ਮੀਲ 'ਤੇ ਸਾਡਾ ਘਰ ਪਿੰਡ। ਅੱਛਾ, ਦਰਿਆ ਤੋਂ ਪਰ 8 ਮੀਲ 'ਤੇ ਸਾਡਾ ਪਿੰਡ। ਤੁਹਾਨੂੰ ਫਿਰ ਕਿਸੇ ਦਿਨ ਦਰਿਆ ਟਪਾ ਦੇਈਏ? ਟਪਾ ਜਾਓ। ਓਹੋ ਬਾਬਾ ਜੀ, ਜਿਹੜੇ ਪਰੋਂ ਖੜ੍ਹੇ ਹੋਣਗੇ ਬਾਰਡਰ 'ਤੇ, ਉਹ ਤਾਂ ਤੁਹਾਡੇ ਜਜ਼ਬਾਤ ਨੂੰ ਨਹੀਂ ਸਮਝਦੇ। ਉਹਨਾਂ ਨੇ ਤਾਂ ਬਾਬਾ ਹੋਵੇ ਜਾਂ ਜਿਹੜਾ ਹੋਵੇ, ਉਹਨਾਂ ਨੇ ਫੜ ਲੈਣਾ। ਹਾਂ, ਉਹਨਾਂ ਤਾਂ ਸਿੱਧੀ ਰਾਮ। ਇਹ ਜਿਹੜੀਆਂ ਬੰਦੂਕਾਂ ਨੇ, ਇਹ ਜਜ਼ਬਾਤ ਨਹੀਂ ਸਮਝਦੀਆਂ। ਨਹੀਂ, ਤੁਹਾਡੇ ਕਾਫਲੇ ਦੇ ਕਿੰਨੇ ਕੁ ਲੋਕ ਮਾਰੇ ਗਏ ਹੋਣਗੇ ਰਾਹ 'ਚ? ਰਾਹ 'ਚ ਬੰਦਾ ਤਾਂ ਕੋਈ ਨਹੀਂ ਮਾਰਿਆ, ਦੋ ਬੰਦੇ ਪਿੱਛਾ ਮਰੇ ਸਨ ਜਦੋਂ ਮਿਲਟਰੀ ਨੇ ਹਮਲਾ ਕੀਤਾ। ਜਦੋਂ ਮਿਲਟਰੀ ਨੇ ਹਮਲਾ ਕੀਤਾ, ਦੋ ਬੰਦੇ ਮਰੇ ਸਨ, ਕੋਈ ਬੰਦਾ ਨਹੀਂ ਮਰਿਆ। ਜਿਹੜੇ ਦਰਿਆ ਦੇ ਵਿੱਚ ਲੋਕ ਡੁੱਬੇ ਨੇ ਉਹਨਾਂ ਦਾ ਤਾਂ ਪਤਾ ਹੀ ਕੋਈ। ਦਰਿਆ 'ਚ ਵੀ ਡੁੱਬ ਗਏ ਸੀ? ਦਰਿਆ 'ਚ ਟੱਪਣ ਲੱਗੇ ਸੀ, ਡੁੱਬੇ ਨੇ ਬਥੇਰੇ ਲੋਕ। ਜਿਹੜੇ ਪੈਦਲ ਟੱਪਦੇ ਪਏ ਸੀ? ਨਹੀਂ ਜੀ, ਉਹ ਕਿਸ਼ਤੀਆਂ ਬਣੀਆਂ ਸੀਗੀਆਂ, ਬੇੜੀਆਂ ਬੇੜੀਆਂ ਬਣੀਆਂ ਸੀ। ਹਾਂ, ਅਤੇ ਉਹ ਜੁੱਲੇ ਉਹ ਦਰਿਆ ਨੂੰ ਪੈਂਦੀ ਸੀ ਨਾ, ਉਹ ਘੇਰਾ ਪੈਂਦਾ ਸੀ, ਉਹ ਘੇਰੇ ਦੇ ਵਿੱਚ ਆ ਜਾਂਦੀ ਸੀ। ਮੇਰੀ ਮਾਈ ਡੁੱਬੀ ਹੈ। ਤੁਹਾਡੀ ਮਾਈ ਵੀ ਡੁੱਬ ਗਈ ਸੀ? ਮੇਰੀ ਮਾਈ ਵੀ ਡੁੱਬੀ ਹੈ, ਮੇਰੀ ਬਾਜੀ ਵੀ ਇੱਕ ਡੁੱਬੀ ਜੀ, ਨਿੱਕੀ ਜੀ ਸੀ, ਇਹਦੇ ਨਾਲੋਂ ਵੀ ਨਿੱਕੀ। ਇਹ ਗੱਲ ਸਾਨੂੰ ਸੁਣਾਓ, ਇਹ ਤਾਂ ਤੁਸੀਂ ਸਾਨੂੰ ਗੱਲ ਦੱਸੀ ਨਹੀਂ। ਮੇਰੀ ਮਾਈ ਵੀ ਜੀ ਡੁੱਬੀ ਹੈ, ਟੱਪਣ ਲੱਗਿਆ ਉਹ ਘੁੰਮਣ ਘੇਰੀ ਦੇ ਵਿੱਚ ਬੇੜੀ ਆ ਗਈ। ਹਾਂਜੀ, ਪੂਰੀ ਬੇੜੀ ਡੁੱਬ ਗਈ ਸੀ? ਹਾਂਜੀ। ਨਹੀਂ, ਦੋ ਮੇਰੇ ਭਾਈ ਸਨ। ਹਾਂ, ਮੈਂ ਬਾਹਰ ਸਾਂ, ਮੇਰੇ ਨਾਲ ਦੋ ਭਾਈ ਸਨ। ਹਾਂ, ਉਹ ਮੰਜੇ ਦੀ ਬੇੜੀ ਬਣੀ ਸੀ ਅਤੇ ਉਵੇਂ ਦਾਮਣਾਂ ਨੂੰ ਹੱਥ ਪਾਏ, ਉਹ ਜਿਹੜੇ ਪੁੱਠੀ ਸਿੱਧੀ ਹੋਈ ਨਾਲ ਹੀ ਆ ਗਏ, ਨਿਕਲਿਆ ਬਾਹਰ। ਉਹ ਮੇਰੇ ਮਾਮੇ ਸਨ, ਕੋਈ ਮੇਰੇ ਪਿਓ ਦੇ ਮਾਸੀ ਦੇ ਪੁੱਤਰ ਸਨ, 6 ਬੰਦੇ ਸੀ ਉਸ ਕਿਸ਼ਤੀ ਦੇ ਨਾਲ, ਉਹ ਮਾੜੇ ਇਹਨਾਂ ਨੂੰ ਫੜ ਕੇ ਅਤੇ ਲੈ ਆਏ। ਲੇਕਿਨ ਮਾਂ ਮੇਰੀ ਨਹੀਂ ਲੱਭੀ। ਤੁਹਾਡੀ ਮਾਂ ਡੁੱਬ ਗਈ? ਹਾਂ, ਨਹੀਂ ਲੱਭੀ। ਤੁਹਾਡੀ ਨਿੱਕੀ ਭੈਣ ਡੁੱਬ ਗਈ? ਨਿੱਕੀ ਭੈਣ ਡੁੱਬ ਗਈ। ਬਾਬਾ ਜੀ, ਦੁੱਖ ਤਾਂ ਫਿਰ ਤੁਸੀਂ ਬੜੇ ਵੇਖੇ ਨੇ। ਬੜੇ ਦੁੱਖ ਵੇਖੇ ਨੇ ਜੀ। ਹੁਣ ਉਹ ਤਾਂ ਹੁਣ ਦੱਸੋ ਮੈਂ ਕੀ ਕਰਾਂ। ਮਾਂ ਤੋਂ ਵੱਡੀ ਦੌਲਤ ਕਿਹੜੀ ਹੁੰਦੀ? ਕੋਈ ਵੀ ਨਹੀਂ, ਜਿਹੜੀ ਤੁਸੀਂ ਗਵਾ ਦਿੱਤੀ ਰਾਹ ਦੇ ਵਿੱਚ। ਤੁਹਾਡੀ ਕੁਰਬਾਨੀ ਤਾਂ ਹੈ ਨਾ? ਹਾਂਜੀ, ਇਦੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਕਿ ਤੁਸੀਂ ਆਪਣੀ ਮਾਂ ਜਿਹੀ ਹਸਤੀ ਦੀ ਕੁਰਬਾਨੀ ਦਿੱਤੀ? ਹਾਂਜੀ ਹਾਂਜੀ। ਔਰ ਉਹ ਰਾਹ ਦੇ ਵਿੱਚ ਜਿਸ ਵੇਲੇ ਤੁਸੀਂ ਦਰਿਆ ਟੱਪਣ ਲੱਗੇ ਹੋ, ਨੀਲੀ ਦਰਿਆ, ਸਤਲੁਜ ਦਰਿਆ, ਹਾਂਜੀ, ਉਸ ਵੇਲੇ ਡੁੱਬ ਗਏ। ਹਾਂਜੀ, ਔਰ ਜਿਸ ਵੇਲੇ ਭੈਣ ਵੀ ਡੁੱਬ ਗਈ, ਹਾਂਜੀ, ਜਿਸ ਵੇਲੇ ਤੁਹਾਨੂੰ ਪਤਾ ਲੱਗਿਆ ਸੀ ਜਾਂ ਤੁਹਾਡੇ ਘਰ ਵਾਲਿਆਂ ਨੂੰ ਪਤਾ ਲੱਗਿਆ ਸੀ ਵੀ ਘਰ ਦੇ ਜੀ ਡੁੱਬ ਗਏ ਨੇ, ਉਹ ਵੀ ਜਿਹੜੇ ਬਚ ਗਏ ਸਨ ਨਾ, ਉਹ ਪਿੱਛਾ ਹੀ ਹਟ ਗਏ ਸੀ, ਪਾਰ ਨਹੀਂ ਟੱਪੇ ਸਨ। ਪਿੱਛਾ ਹਟ ਕੇ ਅਤੇ ਜਿੱਥੇ ਬੈਠਾ ਸੀ ਨਾ, ਜੱਸਾ ਬੈਠਾ ਸੀ, ਉੱਥੇ ਗਏ ਬਈ ਭੈਣ ਸਾਡੀ ਡੁੱਬ ਗਈ, ਅਸੀਂ ਆ ਗਏ, ਆ ਦੋ ਬੱਚੇ ਅਸੀਂ ਲਏ ਹਾਂ, ਉਹ ਡੁੱਬ ਗਈ, ਸਾਡੇ ਹੱਥੀਂ ਨਹੀਂ ਆਈ। ਉਹ ਮੁੜ ਉੱਥੇ ਹੀ ਗਏ ਚਲੇ ਸੀ। ਮੁੜ ਉਹ ਬੇੜੀਆਂ, ਮੁੜ ਫੌਜ ਨੂੰ ਪਤਾ ਲੱਗਾ ਵੀ ਆਦਮ ਬੜਾ ਡੁੱਬਦਾ ਪਿਆ ਆਪਣੀ ਫੌਜ ਨੂੰ। ਫੌਜ ਮੁੜ ਬੇੜੀਆਂ ਲਿਆਈ ਬੜੀਆਂ ਜਾ ਕੇ, ਮੁੜ ਬੰਦੇ ਦੂਜਾ ਨਾ ਬੇੜੀਆਂ 'ਤੇ ਟੱਪੇ ਨੇ, ਮੁੜ ਬਚੇ ਨੇ। ਆਦਮ ਬੜਾ ਬੇੜੀਆਂ ਦਰਿਆ ਨੇ ਡੋਬਿਆ। ਉਹਨਾਂ ਦੀ ਮੀਂਹ ਪੈਂਦੇ ਸੀ ਬੜੇ, ਮੀਂਹ ਤਾਂ ਹਟਦਾ ਹੀ ਨਹੀਂ ਸੀ ਨਾ, ਲੱਗਾ ਹੀ ਰਹਿੰਦਾ, ਇੰਨੀ ਬਾਰਿਸ਼ ਪਈ ਉਦੋਂ। ਜਿਸ ਵੇਲੇ ਮਾਂ ਦੇ ਡੁੱਬਣ ਦੀ ਖਬਰ ਤੁਹਾਨੂੰ ਮਿਲੀ? ਹਾਂਜੀ, ਆ ਜੀ, ਫਿਰ ਤੁਹਾਨੂੰ ਪਤਾ ਮਾਂ ਤਾਂ ਮਾਂ ਹੀ ਹੁੰਦੀ। ਬੰਦਾ ਬੁੱਢਾ ਕਿੰਨਾ ਵੀ ਹੋ ਜਾਏ ਨਾ ਜੀ, ਮਰਨ ਦੀ ਬਾਕੀ ਵੀ ਆਏ ਮਾਂ, ਆਏ ਮਾਂ। ਮਾਂ ਤਾਂ ਮਰਦਿਆਂ ਤਾਈ ਜੀ, ਮਾਂ ਤਾਂ ਸ਼ਾਹੀ ਸੀ। ਇਹ ਮੇਰੀ ਧੀ ਜੀ, ਉਹਨੇ ਆਖਿਆ ਵੀ ਇਹ ਵਾਕਿਆ ਵੀ ਦੱਸਣਾ ਹੈ, ਤੇਰੀ ਅੰਮੀ ਜਿਹੜੀ ਡੁੱਬੀ ਹੈ, ਮੇਰੀ ਨੂੰਹ ਹੈ, ਇਹ ਵਾਕਿਆ ਹੈ ਦੱਸਣਾ ਹੈ ਅਤੇ ਦੱਸਣਾ ਚਾਹੀਦਾ ਬਾਬਾ ਜੀ। ਹਾਂ, ਅਤੇ ਮੈਂ ਦੱਸ ਦੇਖੋ ਨਾ, ਇਹ ਦੁੱਖ ਹੀ ਤਾਂ ਤੁਹਾਡੇ ਅਸੀਂ ਸੁਣਨ ਆਏ ਹਾਂ। ਇਹ ਵਾਕਿਆ ਮੈਨੂੰ ਹੁਣ ਤੁਹਾਨੂੰ ਦੱਸ ਦਿੱਤਾ, ਮੈਨੂੰ ਚੇਤਾ ਨਹੀਂ ਰਿਹਾ, ਮੈਨੂੰ ਤੁਰਨ ਲੱਗਿਆ। ਮੇਰੀ ਨੂੰਹ ਨੇ ਆਖਿਆ ਸੀ ਵੀ ਇਹ ਵਾਕਿਆ ਅਬੂ ਜੀ ਦੱਸਣਾ ਹੀ ਜ਼ਰੂਰ। ਔਰ ਅੱਜ ਵੀ ਜਿਸ ਵੇਲੇ ਕੋਈ ਪੀੜ ਹੁੰਦੀ ਹੈ, ਜਿਸ ਵੇਲੇ ਕੋਈ ਦੁੱਖ ਹੁੰਦਾ ਹੈ, ਤੇ ਮੂੰਹ ਚੋਂ ਅੱਜ ਵੀ ਹਾਏ ਮਾਏ ਨਿਕਲਦਾ। ਹਾਂਜੀ, ਬੁੱਢਾ ਹੋ ਗਿਆ, ਅਜੇ ਵੀ ਹਾਏ ਅੰਮਾ, ਹਾਏ ਅੰਮਾ। ਅੰਮਾ ਤਾਂ ਜੀ ਮਰਦਿਆਂ ਤਾਂ ਹੀ ਚੇਤਾ ਰਹਿ, ਅੰਮਾ ਦਾ ਤਾਂ ਰੁਤਬਾ ਹੀ ਐਸਾ ਹੈ। ਹੈਂ ਮਾਂ ਪਿਓ ਜੀ, ਤੁਸੀਂ
ਤਾਬੇਦਾਰੀ ਕਰ ਲਓ, ਤੁਹਾਡੀ ਜੰਨਤ ਹੀ ਇੱਥੇ। ਕੋਈ ਸ਼ੱਕ ਨਹੀਂ? ਹਾਂ, ਕੋਈ ਸ਼ੱਕ ਨਹੀਂ ਬਾਬਾ। ਸਾਰੀਆਂ ਹੱਜਾਂ ਹੋ ਜਾਂਦੀਆਂ ਨੇ ਮਾਂ ਪਿਓ ਦੀ, ਤੁਸੀਂ ਤਾਬੇਦਾਰੀ ਕਰ ਲਓ, ਸਾਰੀਆਂ ਹੱਜਾਂ ਹੋ ਜਾਂਦੀਆਂ ਨੇ। ਐਵੇਂ ਲੋਕ ਉੱਧਰ ਪੰਧ ਕਰਦੇ ਨੇ, ਅੱਜ ਇੱਥੇ ਹੀ ਹੈ ਬੰਦੇ ਦੀ, ਮਾਂ ਪਿਓ ਦੀ ਤਾਬੇਦਾਰੀ ਕਰ ਲਓ। ਵਾਹ ਜੀ ਵਾਹ ਬਾਬਾ ਜੀ, ਬੜੀ ਸੱਚੀ ਅਤੇ ਸੁੱਚੀ ਗੱਲ ਕੀਤੀ ਤੁਸੀਂ। ਹਾਂਜੀ, ਮਾਂ ਪਿਓ ਵਾਕਈ ਇਹੋ ਜਿਹੀ ਹਸਤੀ ਹੈ, ਹਾਂਜੀ, ਜਿਹਦੀ ਤਾਬੇਦਾਰੀ ਕਰਨੀ ਚਾਹੀਦੀ। ਹਾਂਜੀ, ਮੈਂ ਆਪਦੇ ਪੁੱਤਰੇ ਨੂੰ ਵੀ ਸਮਝਾਉਂਦਾ ਰਹਿੰਦਾ। ਔਰ ਅਹਿਸਾਸ ਉਸ ਵੇਲੇ ਹੁੰਦਾ ਜਿਸਲੇ ਚਲੀ ਜਾਂਦੀ, ਉਹ ਚਲੀ ਜਾਂਦੀ ਜਿਹਲੇ ਤੁਹਾਨੂੰ ਛੱਡ ਕੇ ਚਲੀ ਜਾਂਦੀ ਨਾ ਹਸਤੀ ਮਾਂ ਪਿਓ ਵਾਲੀ। ਹਾਂਜੀ, ਅਤੇ ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਵੀ ਅਸੀਂ ਕਿੱਡੀ ਵੱਡੀ ਦੌਲਤ ਗੁਆ ਦਿੱਤੀ। ਗੁਆ ਦਿੱਤੀ, ਮਿਹਰਬਾਨੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਸਾਨੂੰ ਵੇਲਾ ਦਿੱਤਾ, ਤੁਸੀਂ ਸਾਡੇ ਨਾਲ ਆਪਣੇ ਦੁੱਖਾਂ ਦੀ ਸਾਂਝ ਪਾਈ। ਹਾਂਜੀ, ਅਤੇ ਸਾਨੂੰ ਆਪਣਾ ਸਮਝ ਕੇ ਆਪਣੇ ਦੁੱਖ ਸੁਣਾਏ। ਹਾਂਜੀ, ਜਿਉਂਦੇ ਵਸਦੇ ਰਹੋ ਜੀ। ਹਾਂਜੀ।